जस टीवी देख रहे तुसी, मैं केपी सिंह टू द पॉइंट तुहाडा सब दा स्वागत करदा। किसान अंदोलन दे विच सियासत ने हुण तक की कीता, सियासत ने किहड़ा रोल प्ले कीता, संसद तो लैके सड़क तक संसद दे विच सियासत ने की कीता। उत्थे सियासत कहिंदी आ असी मजबूर हो गए सी सत्ता पक्ष दे सामने, ते डिवीजन दी जिहड़ी मंग कीती गई सी उह कहिंदे मंग साडी मनी नहीं गई। इस सब दे बावजूद सत्ता पक्ष ने इन्हां इल्जामां नूं खारिज कीता, पर जिहड़े विरोधी धिर विच बैठे हुए आ विरोधी धिरां उन्होंने प्रैस कॉन्फ्रेंस बयानों तो लै के सोशल मीडिया ते कंपेन तो लै के जमीनी पद्धर ते हुण तक की कीता हैगा। इस सारे मसले ते सवाल होने लाजमी है, किसान अंदोलन सियासत दा की रोल? ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਜਿਹੜਾ ਅਸੀਂ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਖੇਤੀ ਕਾਨੂੰਨਾਂ ਦੇ ਮੁੱਦੇ ਤੇ ਜ਼ਮੀਨੀ ਪੱਧਰ ਤੇ ਸਿਆਸੀ ਧਿਰਾਂ ਨੇ ਕਿਹੜਾ ਰੋਲ ਨਿਭਾਇਆ? ਇਸੇ ਸਵਾਲ ਤੇ ਬਹਿਸ ਹੋਵੇਗੀ। ਪੈਨਲ ਸਾਡੇ ਨਾਲ ਜਿਹੜਾ ਹੈ ਉਸ ਨਾਲ ਤੁਹਾਡਾ ਤਾਰਫ ਕਰਾ ਰਹੇ ਹਾਂ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਇਹ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਆ, ਉਹਨਾਂ ਬਾਰਡਰਾਂ ਤੇ ਵੀ ਜਾ ਕੇ ਆਇਆ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਇਹਨਾਂ ਦੀ ਚੰਗੀ ਨੇੜਤਾ ਹੈਗੀ ਆ, ਸਾਰੀਆਂ ਧਿਰਾਂ ਨੂੰ ਇਹ ਬਖੂਬੀ ਸਮਝਦੇ, ਇਸ ਕਰਕੇ ਸਾਡਾ ਪ੍ਰੋਫੈਸਰ ਮਨਜੀਤ ਸਿੰਘ ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ। ਹਰਦੀਪ ਸਿੰਘ ਕਿੰਗਰਾ ਕਾਂਗਰਸ ਦੇ ਬੁਲਾ ਰਿਹਾ, ਹਰਦੀਪ ਸਿੰਘ ਕਿੰਗਰਾ ਹੋਰਾਂ ਨੂੰ ਜਿੱਥੇ ਦੇਸ਼ ਦੀ ਸਿਆਸਤ ਬਾਰੇ, ਸੂਬੇ ਦੀ ਸਿਆਸਤ ਬਾਰੇ ਚੰਗੀ ਤਰ੍ਹਾਂ ਪਤਾ, ਉੱਥੇ ਇਹਨਾਂ ਨੂੰ ਕੌਮੀ ਜਿਹੜੇ ਲੀਡਰ ਹੈਗੇ ਉਹਨਾਂ ਦੇ ਰੋਲ ਬਾਰੇ ਵੀ ਪਤਾ ਹੈਗਾ, ਇਸ ਕਰਕੇ ਇਹਨਾਂ ਸਦਾ ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਦੀਪ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਹੈ, ਖੁਦ ਵਕੀਲ ਹੈ, ਕਲੇਰ ਸਾਹਿਬ ਦੀ ਪਾਰਟੀ ਹੈ ਜਿਹੜੀ ਖੇਤਰੀ ਤੋਂ ਕੌਮੀ ਬਣਨ ਦੀ ਕੋਸ਼ਿਸ਼ਾਂ ਵਿੱਚ ਕਈ ਵਾਰੀ ਲੱਗੀ ਰਹੀ, ਪਰ ਇਹ ਸਭ ਦੇ ਵਿਚਾਲੇ ਅਕਾਲੀ ਦਲ ਨੇ ਜਿਹੜਾ ਸਟੈਪ ਚੱਕਿਆ ਇਹਨਾਂ ਖੇਤੀ ਬਿੱਲਾਂ ਨੂੰ ਲੈ ਕੇ, ਖੇਤੀ ਕਾਨੂੰਨ ਨੂੰ ਲੈ ਕੇ, ਉਸ ਬਾਰੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਅਤੇ ਇਹਨਾਂ ਦੇ ਰੋਲ ਦੀ ਵੀ ਗੱਲਬਾਤ ਹੋਵੇਗੀ। ਅਰਸ਼ਦੀਪ ਸਿੰਘ ਕਲੇਰ ਤੁਹਾਡਾ ਬਹੁਤ ਸਵਾਗਤ ਹੈ। ਮਨਜਿੰਦਰ ਸਿੰਘ ਭੁੱਲਰ ਇਹ ਆਮ ਆਦਮੀ ਪਾਰਟੀ ਬੁਲਾ ਰਹੇ ਆ, ਵੀ ਵਕੀਲ ਨੇ ਪੇਸ਼ੇ ਤੋਂ, ਅਤੇ ਮਨਜਿੰਦਰ ਸਿੰਘ ਭੁੱਲਰ ਉਹਨਾਂ ਦੀ ਪਾਰਟੀ ਦੀ ਇੱਕ ਸਰਕਾਰ ਵੀ ਹੈ ਇੱਕ ਥਾਂ 'ਤੇ ਦਿੱਲੀ ਦੇ ਵਿੱਚ, ਅਤੇ ਹੁਣ ਤਾਂ ਇਹਨਾਂ ਨੇ ਬਹੁਤ ਸੀਟਾਂ 'ਤੇ ਚੋਣ ਵੀ ਲੜਨੀ ਹੈਗੀ ਹੈ, ਪਰ ਇਹਨਾਂ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ, ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਇਹਨਾਂ ਦੀ ਪਾਰਟੀ ਦਾ ਕੀ ਰੋਲ ਰਿਹਾ, ਕਿਉਂਕਿ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਆ ਅਤੇ ਦਿੱਲੀ ਵਿੱਚ ਇਹਨਾਂ ਦੀ ਸਰਕਾਰ ਹੈ, ਇਸ ਕਰਕੇ ਇਹਨਾਂ ਸਕਦਾ। ਮਨਜਿੰਦਰ ਸਿੰਘ ਭੁੱਲਰ ਤੁਹਾਡਾ ਵੀ ਬਹੁਤ ਸਵਾਗਤ ਹੈ ਸਰ। ਸਭ ਤੋਂ ਪਹਿਲਾਂ ਸਵਾਲ ਹਰਦੀਪ ਸਿੰਘ ਕਿੰਗਰਾ ਤੁਹਾਨੂੰ ਕਰਨਾ ਚਾਹੂੰਗਾ, ਕੋਸ਼ਿਸ਼ ਕਰੀਓ ਟੂ ਦਾ ਪੁਆਇੰਟ ਜਵਾਬ ਦਿਓ ਸਾਰੀਆਂ ਪਾਰਟੀਆਂ। ਹਰਦੀਪ ਸਿੰਘ ਕਿੰਗਰਾ, ਸਦਨ ਤੋਂ ਇਲਾਵਾ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਤੋਂ ਇਲਾਵਾ ਸੜਕ 'ਤੇ ਤੁਹਾਡੀ ਪਾਰਟੀ ਨੇ ਹੁਣ ਤੱਕ ਕਿਸਾਨ ਅੰਦੋਲਨ ਲਈ ਕੀ ਕੀਤਾ? ਹਰਦੀਪ ਸਿੰਘ ਕਿੰਗਰਾ, ਸਭ ਤੋਂ ਕੇਪੀ ਪਹਿਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਤੇ ਇਸ ਅੰਦੋਲਨ ਨੂੰ ਜਿਸ ਦਿਨ ਇਹ ਅੰਦੋਲਨ ਸ਼ੁਰੂ ਹੋਇਆ, ਜਿਸ ਦਿਨ ਇਹ ਐਕਟ ਪਾਸ ਹੋਏ ਨੇ, ਜਿਸ ਦਿਨ ਇਹ ਆਰਡੀਨੈਂਸ ਬਣੇ ਨੇ, ਉਸ ਦਿਨ ਤੋਂ ਪੰਜਾਬ ਦੀ ਸਰਕਾਰ ਦਾ ਜਿਹੜਾ ਵਿਚਾਰ ਹੈ ਉਹ ਬੜਾ ਕਲੀਅਰ ਹੈ ਕਿ ਇਹ ਜਿਹੜੇ ਐਕਟ ਨੇ, ਜਾਂ ਜਦੋਂ ਆਰਡੀਨੈਂਸ ਸੀਗੇ ਹੁਣ ਤਾਂ ਐਕਟ ਬਣ ਗਏ ਨੇ, ਕਾਨੂੰਨ ਬਣ ਗਏ ਨੇ, ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨੀ ਦੇ ਹੱਕ ਦੇ ਵਿੱਚ ਨਹੀਂ ਹੈਗੇ। ਕਿਸਾਨ ਜਥੇਬੰਦੀਆਂ ਨੇ ਆਪਦਾ ਅੰਦੋਲਨ ਸ਼ੁਰੂ ਕਰ ਲਿਆ ਤੇ ਕਿਸਾਨ ਜਥੇਬੰਦੀਆਂ ਨੇ ਇੱਕ ਅਨਾਊਂਸਮੈਂਟ ਕੀਤੀ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਦੇ ਨਾਲ ਐਸੋਸੀਏਟ ਨਹੀਂ ਕਰਾਂਗੇ। ਪਰ ਪੰਜਾਬ ਦੇ ਵਿੱਚ ਕਾਂਗਰਸ ਦਾ ਵਿਊ ਬੜਾ ਕਲੀਅਰ ਸੀ, ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਜਿਹੜੇ ਰਾਸ਼ਟਰ ਦੇ ਸੀਗੇ ਸ਼੍ਰੀ ਰਾਹੁਲ ਗਾਂਧੀ ਜੀ ਨੇ ਇੱਕ ਰੈਲੀ ਜਿਹੜੀ ਆ ਉਹ ਲੀਡ ਕੀਤੀ, ਜਿਹਦਾ ਆਯੋਜਨ ਪੰਜਾਬ ਕਾਂਗਰਸ ਨੇ ਕੀਤਾ। ਇਹ ਵੱਖਰੀ ਗੱਲ ਹੈ ਕਿ ਸਾਡੀ ਸਰਕਾਰ ਵੀ ਹੈ ਇੱਥੇ, ਪਰ ਉਹਦਾ ਜਿਹੜਾ ਸਾਰੇ ਦਾ ਸਾਰਾ ਆਰਗੇਨਾਈਜੇਸ਼ਨ ਹੈ ਉਹਦਾ ਸਿਹਰਾ ਜਿਹੜਾ ਕਾਂਗਰਸ ਪਾਰਟੀ ਦੇ ਸਿਰ ਤੇ ਜਾਂਦਾ। ਫਿਰ ਕਾਂਗਰਸ ਪਾਰਟੀ ਨੇ ਇਹ ਗੱਲ ਦੇ ਵਿੱਚ ਬਹੁਤ ਜ਼ੋਰ ਲਾਇਆ ਜਾ ਰਿਹਾ ਸੀਗਾ ਕਿ ਤੁਸੀਂ ਫੋਰਸ ਯੂਜ਼ ਕਰਕੇ ਕਿਸਾਨਾਂ ਤੋਂ ਜਿਹੜੇ ਆ ਰੇਲ ਟਰੈਕ ਖਾਲੀ ਕਰਾਓ। ਤੁਸੀਂ ਮੰਨੋ ਚਾਹੇ ਨਾ ਮੰਨੋ, ਸਰਕਾਰ ਦੀ ਫੰਕਸ਼ਨਿੰਗ ਦੇ ਵਿੱਚ ਵੀ ਇਸ ਗੱਲ ਦੀ ਗੱਲ ਉਠਾਈ ਜਾ ਰਹੀ ਸੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਰੇਲ ਦੀਆਂ ਪੰਡੀਆਂ ਤੋਂ ਉਠਾਵੇ ਫੋਰਸੀਬਲੀ। ਪਰ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਬੱਸਾਂ ਦੇਣ ਤੋਂ ਪੂਰਾ ਜਵਾਬ ਕਰ ਦਿੱਤਾ, ਜਿਸ ਤਰ੍ਹਾਂ ਦਿੱਲੀ ਸਰਕਾਰ ਨੇ ਜਿਹੜਾ ਉਹ ਸਟੇਡੀਅਮਾਂ ਨੂੰ ਜੇਲ੍ਹਾਂ ਬਣਾਉਣ ਤੋਂ ਕੋਰਾ ਜਵਾਬ ਦੇ ਦਿੱਤਾ, ਪੰਜਾਬ ਸਰਕਾਰ ਦਾ ਇਸ ਪਾਸੇ ਵੀ ਕੋਰਾ ਜਵਾਬ ਸੀ ਤੇ ਕਿਸਾਨਾਂ ਨੇ ਬੜੇ ਲੰਮੇ ਸਮੇਂ ਤੱਕ ਰੇਲ ਜਿਹੜਾ ਉਹਦਾ ਚੱਕਾ ਜਾਮ ਕਰੀ ਰੱਖਿਆ। ਤੀਜੀ ਗੱਲ, ਜਿਹੜੀ ਕਾਂਗਰਸ ਪਾਰਟੀ ਨੇ ਇੱਕ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡੀ ਰੈਲੀ ਕੀਤੀ ਜਿਹਦੇ ਵਿੱਚ ਪੂਰੀ ਸਪੋਰਟ ਜਿਹੜੀ ਹੈ ਉਹ ਕਿਸਾਨ ਅੰਦੋਲਨ ਨੂੰ ਕੀਤੀ। ਤੇ ਚੌਥੀ ਗੱਲ ਜਿਹੜੀ ਸੀ ਕਿ ਸਾਡੇ ਦੋ ਵਾਰੀ ਸਾਡੇ ਜਿਹੜੇ ਸਾਬਕਾ ਪ੍ਰਧਾਨ ਹੈ ਦੇਸ਼ ਦੇ ਕਾਂਗਰਸ ਪਾਰਟੀ ਦੇ, ਉਹਨਾਂ ਨੇ ਡੈਲੀਗੇਸ਼ਨ ਲੀਡ ਕੀਤਾ ਰਾਸ਼ਟਰਪਤੀ ਨੂੰ ਜਿਹੜਾ ਉਹ ਮਿਲੇ ਜਾ ਕੇ ਤੇ ਉਹਨੂੰ ਕਿਹਾ ਵੀ ਭਾਈ ਸਰਕਾਰ ਨੂੰ ਆਖੋ ਕਿ ਇਹ ਕਾਨੂੰਨ ਵਾਪਸ ਲਓ
ट्रैक्टर कित्थों तक पहुंचे ते कित्थे रुक गए जाके नहीं केपी जी सब तो पहला अगर किसानी संघर्ष नूं लैके आपां स्टेप बाय स्टेप शुरू हो जाइए पार्लियामेंट दे विच जे कोई किसी ने खुल के आवाज चकी क्योंकि सरकार दे नाल रहे सरकार दे विच लड़ाई लड़ी सर जमीनी सर जमीनी हकीकत दी गल कर रहे हैं क्लियर साहब वो सारे नूं पता सर मैं पहले ही चर्चा कर चुके हैं सर केपी जी पार्लियामेंट जमीनी हकीकत है पार्लियामेंट च लोकां दे चुने हुए नुमाइंदे ने पार्लियामेंट च कोई उपरों लोक नहीं उतरदे जमीनी हकीकत दी गल है अगर चुनिया होया नुमाइंदा पार्लियामेंट दे विच आवाज चकदा और प्रधानमंत्री दी सर जमीनी हकीकत है भी है सर दिल्ली दे तीन बार्डर किसानां ने घेरे हुए तुसीं भी जाके बैठ जांदे फिर किसे बॉर्डर ते किसानां ने थोड़ी कहा सी अकाली दल प्रोटेस्ट ना करे लग पे के तीन तख्तां तो मार्च श्रोमणी अकाली दल ने कढ़िया सारे जिला वाइज धरने दित्ते और उस तो बाद किसानी जथेबंदियां दी कॉल ते अपना कोई अड प्रोग्राम नहीं दित्ता साडा सारा कैडर जिथे किसानी संघर्ष दे विच मौजूद है अज भी मैं बार बार कहना 60 to 70% श्रोमणी अकाली दल का कैडर उत्थे है और हर तरह दे नाल किसानी अंदोलन का साथ दिता है ये गल वक्त है कि जेडे किसानी उत्थे आगू ने उन्होंने ये गल कही कि स्टेजा पोलीटिकल नहीं होनी चाहिए मैं फिर वार बार चक्की आवाज कि ठीक है अगर पोलीटिकल नहीं होने देनी है तो आप भी पोलीटिकल बयानबाजी तो गुरेज करना चाहिए वह भी विच विच करते रहे पर श्रोमणी अकाली दल लगातार किसानी संघर्ष का हिस्सा है और अज भी है और जो किसान जथेबंदियों की रहनमाई के नीचे लड़ाई है और लगातार लड़ाई लड़ रहे ठीक है मनजिंदर सिंह भुल्लर तुहाडी पार्टी का की रोल रहा सर जमीनी पद्धर से ਇਕੱਲੀ ਆਮ ਆਦਮੀ ਪਾਰਟੀ ਹੈ ਕੇਪੀ ਜੀ ਜਿਨ੍ਹਾਂ ਨੇ ਦੋਹਰਾ ਸਟੈਂਡ ਨਹੀਂ ਰੱਖਿਆ ਪਹਿਲੇ ਦਿਨ ਤੋਂ ਹੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਕਿਹਾ ਸੀ ਕਿ ਬਿਨਾਂ ਪਾਰਟੀ ਦਾ ਝੰਡਾ ਲਾਏ ਜਥੇਬੰਦੀਆਂ ਵੱਲੋਂ ਜਿਹੜੇ ਧਰਨੇ ਲਗਾਏ ਜਾ ਰਹੇ ਔਰ ਅਸੀਂ ਖੁਦ ਸਪਟੈਂਬਰ ਤੋਂ ਲੈ ਕੇ ਚਾਹੇ ਉਹ ਜੇਲ੍ਹ ਭਰੋ ਮਾਰਚ ਸੀ ਅੰਦੋਲਨ ਸੀਗਾ ਚਾਹੇ ਉਹ ਡੀਸੀ ਦਫ਼ਤਰਾਂ ਦਾ ਘਰਾਓ ਸੀ ਔਰ ਚਾਹੇ ਨੈਸ਼ਨਲ ਹਾਈਵੇ 54 ਔਰ ਦੇਵੀਦਾਸਪੁਰੇ ਵਿਖੇ ਜਿਹੜਾ ਟਰੈਕ ਜਾਮ ਕੀਤਾ ਗਿਆ ਉੱਥੇ ਹਾਜ਼ਰੀ ਲਵਾਈ ਔਰ ਉਸ ਤੋਂ ਬਾਅਦ ਨੈਸ਼ਨਲ ਪੱਧਰ ਦੇ ਉੱਪਰ ਜਦੋਂ ਨਵੰਬਰ ਦੇ ਵਿੱਚ ਦਿੱਲੀ ਚਲੇ ਗਈਆਂ ਜਥੇਬੰਦੀਆਂ 25 ਤਰੀਕ ਨੂੰ ਤਾਂ ਉੱਥੇ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਬਕਾਇਦਾ ਲੰਗਰ ਦਾ ਪ੍ਰਬੰਧ ਮੋਬਾਈਲ ਟਾਇਲਟਸ ਦਾ ਹੈ ਕਿ ਨਹੀਂ ਬਕਾਇਦਾ ਉਹ ਹਾਜ਼ਰੀ ਭਰਦੇ ਰਹੋ ਦੋ ਵੱਡੇ ਨਾਂ ਰਾਘਵ ਚੱਡਾ ਜੀ ਔਰ ਮੈਡਮ ਆਤਸ਼ੀ ਜੀ ਰੈਗੂਲਰ ਜਿਹੜਾ ਵੀ ਫੀਡ ਕਰਨ ਦਾ ਜਿੰਨਾ ਕੁ ਪਾਰਟੀ ਪੱਧਰ ਦੇ ਉੱਪਰ ਕੀਤਾ ਜਾ ਸਕਦਾ ਸੀ ਉਹ ਸਹਾਇਤਾ ਕੀਤੀ ਔਰ ਟਿੱਕਰੀ ਦੇ ਉੱਪਰ ਬੀਜੇਪੀ ਗਵਰਨਮੈਂਟ ਨੇ ਜਦੋਂ ਲਾਈਟ ਕੱਟਤੀ ਪਾਣੀ ਕੱਟਤਾ ਤਾਂ ਉਹ ਸਹੂਲਤਾਂ ਵੀ ਦਿੱਤੀਆਂ ਗਈਆਂ ਔਰ ਅਖੀਰ ਤੇ ਮੇਰਾ ਇੱਕ ਰਿਮਾਰਕਸ ਲੈ ਲਓ ਕਾਂਗਰਸ ਪਾਰਟੀ ਨੂੰ ਲੈ ਕੇ ਕਿ ਕੈਪਟਨ ਅਮਰਿੰਦਰ ਸਿੰਘ 24 ਅਕਤੂਬਰ ਤੱਕ ਕਹਿੰਦੇ ਰਹੇ ਕਿ ਮੈਂ ਕੋਈ ਸਪੈਸ਼ਲ ਸਰ ਇਹਨਾਂ ਦਾ ਰਿਮਾਰਕਸ ਵੱਖਰਾ ਲੈ ਲੂੰਗਾ ਸਰ ਵੱਖਰਾ ਲੈ ਲੂੰਗਾ ਸਰ ਵੱਖਰਾ ਲੈ ਲੂੰ ਭੁੱਲਰ ਸਾਹਿਬ ਮੌਕਾ ਮਿਲੂਗਾ ਤੁਹਾਨੂੰ ਵੱਖਰਾ ਨਹੀਂ ਤਾਂ ਤੁਹਾਡੀਆਂ ਪਾਰਟੀਆਂ ਦੀ ਭੂਮਿਕਾ ਤੇ ਸਵਾਲ ਹੋ ਰਿਹਾ ਸਰ ਪ੍ਰਸਮਜੀਤ ਸਿੰਘ ਪ੍ਰਸਮਜੀਤ ਸਿੰਘ ਮੈਂ ਆਉਂਗਾ ਵਾਪਸ ਆਉਂਗਾ ਮਨਿੰਦਰ ਭੁੱਲਰ ਪ੍ਰਸਮਜੀਤ ਸਿੰਘ ਕਰਨੀ ਪਊਗੀ ਗੱਲ ਮੈਂ ਆ ਰਿਹਾ ਆ ਰਿਹਾ ਆ ਰਿਹਾ ਸਰ ਆ ਰਿਹਾ ਆ ਰਿਹਾ ਕਿੰਗਰਾ ਸਾਹਿਬ ਆ ਰਿਹਾ ਕਿੰਗਰਾ ਸਾਹਿਬ ਆ ਰਿਹਾ ਆ ਰਿਹਾ ਪਲੀਜ਼ ਜ਼ਰੂਰ ਗੱਲ ਕਰਿਓ ਭੁੱਲਰ ਸਾਹਿਬ ਇੱਕ ਮਿੰਟ ਇਦਾਂ ਨਾ ਕਰੋ ਇਦਾਂ ਨਾ ਕਰੋ ਪਲੀਜ਼ ਇਦਾਂ ਨਾ ਕਰੋ ਭੁੱਲਰ ਸਾਹਿਬ ਇਦਾਂ ਨਾ ਕਰੋ ਸਰ ਇਦਾਂ ਨਾ ਕਰੋ ਇਦਾਂ ਨਾ ਕਰੋ ਪਲੀਜ਼ ਪੂਰਾ ਮੌਕਾ ਮਿਲੂਗਾ ਕਿੰਗਰਾ ਸਾਹਿਬ ਇਦਾਂ ਨਾ ਕਰੋ ਕਲੀਅਰ ਸਾਹਿਬ ਪਲੀਜ਼ ਕਲੀਅਰ ਸਾਹਿਬ ਮਿਲੂਗਾ ਮੌਕਾ ਮਿਲੂਗਾ ਕਲੀਅਰ ਸਾਹਿਬ ਮੌਕਾ ਮਿਲੂਗਾ ਮੌਕਾ ਮਿਲੂਗਾ ਸ਼ਾਂਤੀ ਰੱਖੋ ਪ੍ਰਸਮਜੀਤ ਸਿੰਘ ਪ੍ਰਸਮਜੀਤ ਸਿੰਘ ਇਹ ਤਿੰਨ ਪਾਰਟੀਆਂ ਬੈਠੀਆਂ ਬੀਜੇਪੀ ਡਿਬੇਟ ਵਿੱਚ ਸ਼ਾਮਲ ਨਹੀਂ ਹੋ ਰਹੀ ਅੱਜ ਕੱਲ੍ਹ ਬੀਜੇਪੀ ਇਲੈਕਸ਼ਨ ਦੀ ਤਿਆਰੀ ਵਿੱਚ ਉਹ ਕਹਿੰਦੇ ਸਾਡੇ ਲਈ ਇਹ ਮੁੱਦਾ ਵੱਡਾ ਨਹੀਂ ਹੈਗਾ ਪ੍ਰਸਮਜੀਤ ਸਿੰਘ ਸਵਾਲ ਇਹ ਹੈਗਾ ਇਹ ਤਿੰਨੇ ਪਾਰਟੀਆਂ ਨੇ ਉਸ ਤਰੀਕੇ ਨਾਲ ਰੋਲ ਪਲੇ ਕੀਤਾ ਜਿਹੜਾ ਰੋਲ ਇਹਨਾਂ ਦਾ ਬਣਦਾ ਸੀਗਾ ਮੈਂ ਸਰ ਗਰਾਊਂਡ ਦੀ ਗੱਲ ਕਰ ਰਿਹਾ ਪ੍ਰਸਮਜੀਤ ਸਿੰਘ ਬਿਲਕੁਲ ਮੈਨੂੰ ਇਹ ਲੱਗਦਾ ਕਿ ਦੇਖੋ ਥੋੜਾ ਕਨਫਿਊਜ਼ਨ ਕੇਪੀ ਸਿੰਘ ਇਸ ਕਿਸਮ ਦਾ ਸ਼ੁਰੂ ਤੋਂ ਹੀ ਬਣ ਗਿਆ ਕਿ ਇਹ ਕਿਸਾਨਾਂ ਦੀ ਮੂਵਮੈਂਟ ਆ ਕਿਸਾਨ ਹੀ ਲੜਨਗੇ ਪੋਲੀਟੀਕਲ ਪਾਰਟੀਆਂ ਉਹ ਸਟੇਜਾਂ ਸਾਂਝੀਆਂ ਨਹੀਂ ਕਰ ਸਕਦੀਆਂ ਤੇ ਇਸ ਲਈ ਇਹਨਾਂ ਨੂੰ ਤੇ ਛੁੱਟੀ ਆ ਥੋੜੀ ਜੀ ਵਕੇਸ਼ਨ ਤੇ ਹੈਗਾ ਰਹੀ ਗੱਲ ਸਰਕਾਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਪਾਸ ਰੱਦ ਕੀਤੇ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਦੇਖੋ ਆਪਾਂ ਮੈਂ ਵਿੱਚ ਹੀ ਸੀਗਾ ਜਦੋਂ ਆਪਾਂ ਮਿਲੇ ਜਾ ਕੇ ਉਹਨਾਂ ਨੂੰ ਕਿਹਾ ਗਿਆ ਉਹਦੇ ਤੇ ਫਿਰ ਦੁਬਾਰਾ ਧਮਕੀਆਂ ਵੀ ਦਿੱਤੀਆਂ ਗਈਆਂ ਫਿਰ ਜਾ ਕੇ ਉਹ ਕਾਨੂੰਨ ਜਿਹੜੇ ਜਿਸ ਤਰ੍ਹਾਂ ਵੀ ਰੱਦ ਹੋ ਗਏ ਇਸ ਤਰ੍ਹਾਂ ਨਹੀਂ ਕਿ ਕਿਸਾਨ ਸਰਕਾਰ ਨੇ ਆਪਣੇ ਵੱਲੋਂ ਇਨੀਸ਼ੀਏਟਿਵ ਲੈ ਕੇ ਰੱਦ ਕਰ ਦਿੱਤਾ ਇਹੋ ਜਿਹਾ ਨਹੀਂ ਸੀ ਕੇਰਲਾ ਦੇ ਵਿੱਚ ਤੇ ਵੈਸਟ ਬੰਗਾਲ ਦੇ ਵਿੱਚ ਆਪਣੀ ਵੱਲੋਂ ਇਨੀਸ਼ੀਏਟਿਵ ਜੋ ਵੀ ਉਹਨਾਂ ਨੇ ਲਿਆ ਪਰ ਬਹੁਤ ਲੇਟ ਲਿਆ ਇਸੇ ਤਰੀਕੇ ਨਾਲ ਹੁਣ ਜੇ ਦੂਸਰੀਆਂ ਦੋਵੇਂ ਮੁੱਖ ਵਿਰੋਧੀ ਪਾਰਟੀਆਂ ਦਾ ਜੇ ਲੈ ਲਈਏ ਤਾਂ ਉਹਨਾਂ ਦੀ ਭੂਮਿਕਾ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਮੈਂ ਥੋੜ੍ਹਾ ਜਿਹਾ ਕਹਿ ਪੈਂਦਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਮੇਰੀ ਵੀ ਕਿਸੇ ਵੇਲੇ ਪਾਰਟੀ ਰਹੀ ਹੈ ਉਹਨਾਂ ਦਾ ਅੱਜ ਵੀ ਰਾਘਵ ਚੱਡਾ ਦਾ ਜਿਹੜਾ ਉਹਨਾਂ ਨੇ ਰੋਡ ਸ਼ੋਅ ਕੀਤਾ ਜਾਂ ਭਗਵੰਤ ਮਾਨ ਦਾ ਆਉਂਦਾ ਇਹ ਦੋਹਾਂ ਪਾਰਟੀਆਂ ਨੂੰ ਉਹ ਕ੍ਰਿਟੀਸਾਈਜ਼ ਤੇ ਕਰਦੇ ਆ ਕਿ ਦੇਖੋ ਜੀ ਇਹ ਦੋਵੇਂ ਪਾਰਟੀਆਂ ਨੇ ਕੱਖ ਨਹੀਂ ਕੀਤਾ ਇਹਨਾਂ ਦਾ ਜਾਣੀ ਜਿੱਦਾਂ ਕਹਿੰਦੇ ਕਿ ਬੇੜਾ ਬਹਿ ਜੇ ਮਤਲਬ ਭਾਸ਼ਾ ਇਹ ਨਹੀਂ ਹੁੰਦੀ ਮਤਲਬ ਇਸ ਤਰ੍ਹਾਂ ਦਾ ਹੀ ਹੁੰਦਾ ਆ ਪਰ
आप भी कोई बहुत कुछ नहीं किया। मैं कहना कि मुक्तसर की रैली नू याद करो जदों ये 2017 की असैम्बली तो पहला एडा वड्डा कट सी के जानी ऐ लगता 100 सीटा भी आ गई 100 नहीं आईया तो 80 तो आ ही गई तो चीफ मिनिस्टर साहब जिहड़े अरविंद जी होणगे उदों बाद तुसीं मैनूं ये दसो भी कित्थे एड्डी वड्डी कोई जड़ा इकट्ठ बट हो के मैं तो कहिंदा रहा तुहाडे भी चैनल से मैं सारे चैनलों से कहिंदा रहा कि पोलीटिकल पार्टियां उत्थे किसानां दी मूवमेंट च नहीं शामिल हो सकदियां उन्हां दे कारण हैगे पर अपने तौर ते डट के यही सवाल है परसमजीत सिंह यही सवाल है सर इस सवाल से वापस आ रहे एक छोटा ब्रेक लवेंगे ब्रेक तो वापस आवेंगे संसद तो सड़क तक सत्ता विरोधियों का रोल की हैगा इस रोल के विचाले सवाल ये भी हैगा किसानों ने जिहड़े मोर्चे ते डटे हुए किसान की सियासी धिरां ने जिहड़े मुद्दे सियासी धिरां ने चुकने सी कि वह चक सकिया ने कि उस तरीके सपोर्ट कर सकिया ने कि सिर्फ बयानबाजिया तक सीमित रहे जां सिर्फ एक फोटो सैशन करवा लिया तो दसता ही किसानों के नाल वापस आ रहा खेती कानूनों के मुद्दे से जमीनी पद्धत सियासी धिरां ने किहड़ा रोल निभाया प्रसमनजीत सिंह तुसीं अपनी गल पूरी कर लो नाल मेरा सवाल लै लियो दिल्ली के 3 बॉर्डर से किसान बैठे है बाकी बॉर्डर खाली पे है बाकी सड़कां खाली पईयां जे पोलीटिकल पार्टियां वाकई संजीदा सी किते कोई मार्च कढ़ सकदियां सी किते खेतरी पार्टियां इकट्ठियां हो सकदियां सी कोई इहो जिहा प्लान कीता जा सकदा सी जां नहीं रसमजी सिंह चलो ये सारी गल तुहाडी ठीक है साडियां उम्मीदां जरूर हैगियां पार्टियां तों आम आदमी पार्टी की मैं गल कर ली सी जिहड़े अकाली दल पार्ट जिहड़े आ उन्हां दा देखो सब तों वड्डी अचीवमेंट आ कि 25 साल दा 9 मार्च दा रिश्ता टुट्टिया उह किते सौखा काम थोड़ी सीगा एडी वड्डी मूवमेंट खड़ी हुई वह टुट गया उदों बाद तुसी एकदम उस रूप च आना कि जिथे तुसी सीधे कन्फ्रंटेशन च आ जाओ मूवमेंट खड़ी करो मैं लगता उन्होंने भी कुछ टाइम एडजस्ट कर ले लगा पर जिहड़ा एक दिन का मार्च ट्रैक्टर मार्च कढ़िया कांग्रेस ने 3 दिन का मार्च कढ़िया इत्थे राहुल गांधी जी आए काफ़ी सारे जने बैठे उठे सारा कुछ गया फोटो हुई वो एक संबोलिक तौर पर तो ठीक सीगा जिहड़ा सबस्टेंटिव तौर पर ना एक प्रैशर जिवें किसानां ने बनाया जो किसानां ने हिम्मत की आ हालांकि यह भी गल ठीक है के पी जी के बहुत सारिया पार्टिया के किसान जिहड़े आ उत्थे जाके बैठे विच गए आ कई अकालियों के भी आ कुछ कांग्रेस के प्रो भी है कुछ न्यूट्रल भी है बहुत सारे ज्यादा न्यूट्रल आ बाकी कोई लैफ्ट भी है ये पार्टिया के किसान भी उत्थे गए पर पार्टियां अपने तौर पर खास करके अकाली दल नूं मैनूं यह लगता कि गांह तो यह सीखने वाली अज तो भी सीखने वाली गल हैगी कि यह एक रीजनल पार्टी है सुखबीर सिंह बादल मजबूत करांगे फेडरलिज्म के ढांचे को खतरा असीं सारियां पार्टियां बाकी दियां कोआर्डीनेट करांगे वह सारा मैनूं कितें दिखिया नहीं जिन्हें बयान तो सानू उम्मीद जी बजी सी पर प्रैक्टिकली धरातल के उत्ते के पी सिंह जी उसकी सानू अज तक हो जाना चाहिए किन्ने 2.5 महीने तो उपर तो उन्होंने बैठे हो गया कि सुखबीर सिंह बादल जिन्या रीजनल पार्टियां उन्होंने को चक्कर मार रहे हैं मैं भी लगता साढ़े साढ़े वर्गे बंद किराया का साधना का होर का तकलीफ होंगी है उन्होंने तो कोई यहोजी गल नहीं है हुण तक एक वड्डी रीजनल पार्टियां की कन्वेंशन कर देनी चाहिए सी जिहदे ते इह होना चाहिए सी एजेंडा कि ये जिहड़े किसानी समुची किसानी के उत्ते हमला नहीं है ये फैडरलिज्म ते हमला आ क्योंकि जिहड़ा सेंटर आ वो धक्के दे नाल खेती नूं अपने कोल लिजा रहा ते उसका कमर्शियल कमर्शियल ट्रेड बना के कारपोरेटां दे जेब दे विच सारी जमीना पाउणा चाहुंदा ये नहीं होया मैनूं लगता जिहड़ा ठीक है कांग्रेस का तो इस गल चलो लुक छिप जाता है कि उन्होंने मूवमेंट नहीं की उन्होंने पुलिस को कुटन नहीं लाया पुलिस को रेलों से नहीं उन्हों का कवर हो जाता पर विरोधी पार्टियां की जिहड़ी भूमिका सी वो होर जबरदस्त होनी चाहिए तुहानू याद है कि जिस तरह कैप्टन अमरिंदर सिंह उन्होंने विरोधी पार्टियां नूं भी नाल लैके वो चले गए उत्थे चले गए तो ओवरऑल मैनूं के पी सिंह लगता कि कांग्रेस ने तो अपना बचाव किसी ना किसी तरीके कर लिया दूजिया पार्टियां की जिन्नी जिस पद्धर की भूमिका होनी चाहिए सो सानूं नहीं देखने मिली हाँ बोलो बोलो हाँ लास्ट गल निक्की जी जे मैं कर दिया एक होर जिस तरीके ना सरकार हैगी आम आदमी पार्टी की दिल्ली के अंदर केजरीवाल साहब की उत्थे 3-4 वड्डियां रैलियां करदे जे किसानां दे हक च ते फिर देखदे इत्थे पंजाब च इन्हां नूं किन्ना सहारा मिलदा पंजाब च बहुत वड्डा बूस्ट मिलना सी जिहड़ा उत्थे सानूं दिखिया नहीं रसमजीत सिंह तुसीं पंजाब दी सारी पार्टियां जिक्र कर लिया तुसीं कांग्रेस नूं कौमी पार्टी होण दे बावजूद भी उन्हां नूं तुसीं बचा रहे हो रसमजीत सिंह रसमजीत सिंह जे कांग्रेस चाहुंदी एड्डी वड्डी पार्टी है कांग्रेस की सब तो पुरानी पार्टी है देश की वह कुछ नहीं कर सकती सी सब कुछ हैगा पर एक दिक्कत कांग्रेस की समझ लो
ਕਿ ਦਿਲੋਂ ਉਹ ਕੋਈ ਇਸ ਰਸਤੇ ਦੇ ਵਿਰੋਧ ਚ ਨਹੀਂ ਹੈ। ਇਹ ਪਹਿਲਾਂ ਤਾਂ ਤੁਹਾਨੂੰ ਖੁੱਲੇ ਖੜ ਰਹੇ ਉਹ ਮੋਦੀ ਜੀ ਨੇ ਵੀ ਪਾਰਲੀਮੈਂਟ ਚ ਕਹਿਤਾ ਮਨਮੋਹਨ ਸਿੰਘ ਹੁਣੀ ਉੱਥੇ ਸੀ ਇਸੇ ਹੀ ਏਜੰਡੇ ਨੂੰ ਇਹ ਲਿਆਉਂਦੇ ਸੀ ਪਰ ਹੌਲੀ ਹੌਲੀ ਕਿਸੇ ਤਰੀਕੇ ਨਾਲ ਉਹਨਾਂ ਨੇ ਧੜੱਲੇ ਨਾ ਲਿਆ। ਇਸ ਕਰਕੇ ਇਹ ਕਾਂਗਰਸ ਦੀ ਇੱਕ ਆਪਣੀ ਚਲੋ ਤੁਹਾਡੇ ਇਸ ਪੁਆਇੰਟ ਵਿੱਚ ਵਜਨ ਹੈਗਾ ਪ੍ਰਸਮਜੀਤ ਸਿੰਘ ਚੱਲਿਆ ਕੋਈ ਇਹਨਾਂ ਦਾ ਬਹੁਤ ਅਲੱਗ ਰਸਤਾ ਤੁਹਾਡਾ ਇਸ ਪੁਆਇੰਟ ਵਿੱਚ ਵਜਨ ਹੈਗਾ ਪ੍ਰਸਮਜੀਤ ਸਿੰਘ ਇਸ ਲਈ ਤੁਸੀਂ ਖੇਤਰੀ ਪਾਰਟੀਆਂ ਦੀ ਗੱਲ ਕਰਦੇ ਪਏ ਹੋ। ਅਰਸ਼ਦੀਪ ਕਲੀਅਰ ਖੇਤਰੀ ਪਾਰਟੀ ਦੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਰਹੀ ਹੈ ਤੇ ਜਦੋਂ ਤੁਸੀਂ ਮੋਰਚਿਆਂ ਵਾਲੀ ਪਾਰਟੀ ਹੋ ਜੋ ਤੁਸੀਂ ਸੰਘੀ ਢਾਂਚੇ ਦੀ ਗੱਲ ਕਰਦੇ ਹੋ ਅਰਸ਼ਦੀਪ ਸਿੰਘ ਕਲੀਅਰ ਝੰਡਾ ਤੁਹਾਨੂੰ ਚੱਕਣਾ ਚਾਹੀਦਾ ਸੀਗਾ ਤੁਸੀਂ ਤਾਂ ਪਿੱਛੇ ਬੈਠੇ ਹੋ। ਕੇਪੀ ਜੀ ਦੇਖੋ ਮੈਂ ਇਹ ਗੱਲ ਮੰਨਦਾ ਕਿ ਇੰਡੀਆ ਦੇ ਵਿੱਚ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹਦੇ ਹਾਂ ਦਾ ਨਾਰਾ ਮਾਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਉਹ ਆਪਣੇ ਆਪ ਦੇ ਵਿੱਚ ਕਲੀਅਰ ਸਾਹਿਬ ਮੈਂ ਕਲੀਅਰ ਸਾਹਿਬ ਇੱਕ ਮਿੰਟ ਸਰ ਕਲੀਅਰ ਸਾਹਿਬ ਮੈਂ ਕਰੋ ਤੁਹਾਡੀ ਗੱਲ ਪੂਰੀ ਕਰਵਾਵਾਂਗੇ ਕਲੀਅਰ ਸਾਹਿਬ ਤੁਹਾਡੀ ਗੱਲ ਪੂਰੀ ਕਰੋਵਾਂਗੇ ਕਲੀਅਰ ਸਾਹਿਬ ਗੱਲ ਪੂਰੀ ਕਰੋ ਤੁਸੀਂ ਗੱਲ ਪੂਰੀ ਕਰੋ ਕਲੀਅਰ ਸਾਹਿਬ ਤੁਸੀਂ ਇਹ ਨ
ਹੋਣ ਲੱਗ ਪਈ ਹੈ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਲੇਰ ਸਾਹਿਬ ਕੇਪੀ ਜੀ ਕਹਿ ਰਿਹਾ ਇਹਨੂੰ ਨੈਸ਼ਨਲ ਰਿਕੋਗਨੀਸ਼ਨ ਜਦੋਂ ਮਿਲੀ ਤਾਂ ਇਸ ਅਸਤੀਫੇ ਨੇ ਦਵਾਈ ਕਿ ਇੱਕ ਕੇਂਦਰੀ ਮੰਤਰੀ ਨੇ ਅਸਤੀਫਾ ਦਿੱਤਾ ਕੁਛ ਐਸਾ ਹੋ ਰਿਹਾ ਮੈਂ ਨੈਸ਼ਨਲ ਰਿਕੋਗਨੀਸ਼ਨ ਦੀ ਗੱਲ ਕਰ ਰਿਹਾ ਔਰ ਦੂਜੇ ਪਾਸੇ ਮੈਂ ਕਦੋਂ ਖੇਤਰੀ ਪਾਰਟੀਆਂ ਦਾ ਰੋਲ ਹੈ ਪਰ ਕਿਸਾਨੀ ਜਥੇਬੰਦੀਆਂ ਦੀ ਸਟੇਜ ਤੋਂ ਮੈਂ ਬਾਰ ਬਾਰ ਕਹਿਣਾ ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ ਸਤਿਕਾਰਯੋਗ ਹੈ ਸਾਰੀਆਂ ਜਥੇਬੰਦੀਆਂ ਕਿਤੇ ਨਾ ਕਿਤੇ ਇਹ ਸੈਂਟੀਮੈਂਟ ਦਾ ਅੰਦੋਲਨ ਹੈ ਇਹਦੇ 'ਚ ਸਾਰੀਆਂ ਪਾਰਟੀਆਂ ਦੇ ਲੋਕ ਨੇ ਪਰ ਉੱਥੇ ਸਾਰੇ ਲੀਡਰਾਂ ਵੱਲੋਂ ਨਹੀਂ ਕੁਛ ਲੀਡਰਾਂ ਵੱਲੋਂ ਪੋਲੀਟੀਕਲ ਕਲਾਸ ਨੂੰ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਉਹ ਵੀ ਗਲਤ ਹੈ ਜਦੋਂ ਲੜਾਈ ਲੱਗੀ ਹੋਵੇ ਉਦੋਂ ਸਾਰੀਆਂ ਤੋਪਾਂ ਚੱਲਣੀਆਂ ਚਾਹੀਦੀਆਂ ਨੇ ਵੱਡੀ ਛੋਟੀ ਮੈਨ ਨਹੀਂ ਰੱਖਦਾ ਸਭ ਨੂੰ ਇਕੱਠੇ ਲੈ ਕੇ ਚੱਲਣਾ ਚਾਹੀਦਾ ਤੁਸੀਂ ਪਾਰਟੀਆਂ ਨੂੰ ਆਪ ਰੋਕਿਆ ਕਿ ਉੱਥੇ ਨਾ ਆਉਣ ਪਾਰਟੀ ਅਗਰ ਕੋਈ ਪ੍ਰੋਗਰਾਮ ਕਰਦੀ ਸੀ ਤਾਂ ਕਿਸਾਨ ਜਥੇਬੰਦੀਆਂ ਉਹਦੇ ਤੇ ਐਡਵਰਸ ਓਪੀਨੀਅਨ ਲੈਂਦੀਆਂ ਸੀ ਕਿ ਜੇ ਪੈਰਲਲ ਕੋਈ ਪ੍ਰੋਗਰਾਮ ਕਰ ਰਹੇ ਨੇ ਸੋ ਐਸਾ ਕੁਛ ਵੀ ਕਰਨ ਦੇ ਨਾਲ ਉਸ ਟਾਈਮ ਇੱਕ ਤਕਰਾਰ ਦੀ ਸਥਿਤੀ ਸਮਝੀ ਜਾ ਰਹੀ ਸੀ ਔਰ ਮੈਂ ਫਿਰ ਦੁਬਾਰਾ ਕਹਿਣਾ ਕਿ ਹੁਣ ਲੜਾਈ ਬਹੁਤ ਵੱਡੀ ਹੋ ਚੁੱਕੀ ਹੈ ਸਭ ਨੂੰ ਇਨਵੋਲਵ ਕਰਕੇ ਲੜਨੀ ਚਾਹੀਦੀ ਹੈ ਅਗਰ ਕੋਈ ਆਪਣੇ ਪੱਧਰ ਤੇ ਵੀ ਲੜ ਰਿਹਾ ਜਿਸ ਤਰੀਕੇ ਨਾਲ ਲੜਨੀ ਚਾਹੁੰਦਾ ਸਭ ਨੂੰ ਲੜਨ ਦੇਣ ਚਾਹੀਦਾ ਉਹਦੇ ਤੇ ਕੋਈ ਕਿੰਤੂ ਪ੍ਰਸਤੂ ਨਹੀਂ ਹੋਣਾ ਚਾਹੀਦਾ ਕਲੇਰ ਸਾਹਿਬ ਪ੍ਰਸਮ ਜੀ ਸਿੰਘ ਨੇ ਇੱਕ ਸਵਾਲ ਹੋਰ ਖੜਾ ਕੀਤਾ ਸੀਗਾ ਰੀਨਰਸ ਪਾਰਟੀ ਦੀਆਂ ਇੱਕ ਕਨਵੈਨਸ਼ਨ ਹੋਣੀ ਚਾਹੀਦੀ ਸੀ ਤੇ ਅਕਾਲੀ ਦਲ ਨੂੰ ਲੀਡ ਕਰਨਾ ਚਾਹੀਦਾ ਸੀਗਾ ਇਹ ਸਵਾਲ ਨੂੰ ਐਡਰੈਸ ਕਿਉਂ ਨਹੀਂ ਕਰ ਰਹੇ ਤੁਸੀਂ ਕੇਪੀ ਜੀ ਰੀਜਨਲ ਪਾਰਟੀਆਂ ਦੀ ਕਨਵੈਨਸ਼ਨ ਬਹੁਤ ਜਲਦੀ ਹਲੇ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਕਿ ਹੁਣ ਇਹ ਅੰਦੋਲਨ ਦਾ ਰੂਪ ਹੋਰ ਵੀ ਵਿਕਰਾਲ ਹੋਣ ਜਾ ਰਿਹਾ ਔਰ ਉਹਦਾ ਇੱਕ ਪਾਰਟ ਇਹ ਵੀ ਹੋਣਾ ਹੈ ਕਿ ਰੀਜਨਲ ਪਾਰਟੀਆਂ ਦੀ ਕਨਵੈਨਸ਼ਨ ਤੁਹਾਨੂੰ ਬਹੁਤ ਜਲਦੀ ਮੈਂ ਦੱਸੂਗਾ ਸਮਾਂ ਤੇ ਡੇਟ ਜਿੱਥੇ ਹੋ ਰਹੀ ਹੈ ਤੁਸੀਂ ਅਕਤੂਬਰ ਦਾ ਇੰਤਜ਼ਾਰ ਤਾਂ ਨਹੀਂ ਕਰ ਰਹੇ ਕਲੇਰ ਸਾਹਿਬ ਕੋਈ ਅਕਤੂਬਰ ਦਾ ਇੰਤਜ਼ਾਰ ਨਹੀਂ ਹੋ ਰਿਹਾ ਜੀ ਤੁਹਾਨੂੰ ਬਹੁਤ ਜਲਦ ਤਰੀਕ ਤੇ ਸਮਾਂ ਦੱਸ ਦਾਂਗੇ ਤੇ ਜਗ੍ਹਾ ਦੱਸ ਦਾਂਗੇ ਜਿੱਥੇ ਰੀਜਨਲ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਜਾ ਰਹੀਆਂ ਨੇ ਠੀਕ ਹੈ ਮਨਜਿੰਦਰ ਸਿੰਘ ਭੁੱਲਰ ਤੁਹਾਡੀ ਪਾਰਟੀ ਦੇ ਅੰਦੋਲਨਾਂ ਚੋਂ ਨਿਕਲੀ ਹੈ ਭੁੱਲਰ ਸਾਹਿਬ ਤੁਹਾਡੀ ਪਾਰਟੀ ਨੂੰ ਤਾਂ ਅੰਦੋਲਨ ਇਹੋ ਜਿਹਾ ਖੜਾ ਕਰਨਾ ਚਾਹੀਦਾ ਸੀਗਾ ਕਿ ਸਾਰੇ ਦੇਖਦੇ ਰਹਿੰਦੇ ਵੀ ਹਾਂ ਅੰਦੋਲਨ ਵਾਲੀ ਪਾਰਟੀ ਹੈਗੀ ਅੰਦੋਲਨ ਖੜਾ ਕਰਕੇ ਬੈਠੀ ਹੈ ਪਰ ਤੁਸੀਂ ਤਾਂ ਬਿੱਲ ਦੀਆਂ ਕਾਪੀਆਂ ਪਾੜ ਕੇ ਸਿਰ ਬੁੱਤਾ ਸਾਰਤਾ ਦੇਖੋ ਜੀ ਸਭ ਤੋਂ ਵੱਧ ਕੰਟਰੀਬਿਊਟ ਕੀਤਾ ਕਿਸੇ ਨੇ ਤੇ ਉਹ ਆਮ ਆਦਮੀ ਪਾਰਟੀ ਨੇ ਕੀਤਾ ਵਾ ਕਿਉਂਕਿ ਐਟ ਦੈਟ ਟਾਈਮ ਇਟ ਵਾਸ ਦਾ ਨੀਡ ਆਫ ਦਾ ਆਵਰ ਟੂ ਕੋਆਰਡੀਨੇਟ ਵਿਦ ਦਾ ਫਾਰਮਰ ਯੂਨੀਅਨਸ ਕਿ ਅਗਰ ਕੋਈ ਪਾਰਟੀ ਦਾ ਝੰਡਾ ਲੈ ਕੇ ਜਾਂਦਾ ਤਾਂ ਪਾਰਟੀ ਅਲੱਗ ਤੋਂ ਕੋਈ ਪ੍ਰੋਗਰਾਮ ਦਿੰਦੀ ਆ ਤਾਂ ਉਹਦਾ ਵਿਰੋਧ ਕੀਤਾ ਜਾਂਦਾ ਸੀ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਰੋਜ਼ੇ ਅਵਲ ਤੋਂ ਜਦੋਂ ਤੋਂ ਇਹ ਚੱਲਿਆ ਹੈਗਾ ਕਿਸਾਨੀ ਅੰਦੋਲਨ ਹਾਲਾਂਕਿ ਇਸ ਗੱਲ ਦੇ ਉੱਤੇ ਫਿਰ ਕਿਤੇ ਨਾ ਕਿਤੇ ਵਿਵਾਦ ਆ ਜਾਂਦਾ ਕਿ ਪਹਿਲਾਂ ਮੁੱਖ ਮੰਤਰੀ ਦਿੱਲੀ ਨੇ ਇਹਨਾਂ ਨੂੰ ਵੈਲਕਮ ਕੀਤਾ ਸੀ ਔਲ ਤੋਂ ਅਗਰ ਉਸ ਗੱਲ ਦੇ ਨਾਲ ਜਸ ਫੋਰ ਦਾ ਸੇਕ ਆਫ ਆਰਗੂਮੈਂਟ ਮੁਤਫਿਕ ਹੋ ਵੀ ਜਾਈਏ ਤਾਂ ਉਸ ਤੋਂ ਬਾਅਦ ਅੱਜ ਤੱਕ ਪਿਛਲੇ 4 ਮਹੀਨਿਆਂ 'ਚ ਜੇ ਸਭ ਤੋਂ ਵੱਧ ਕਿਸੇ ਨੇ ਇਸ ਅੰਦੋਲਨ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ ਕੰਟਰੀਬਿਊਟ ਕੀਤਾ ਆ ਤਾਂ ਉਹ ਆਮ ਆਦਮੀ ਪਾਰਟੀ ਨੇ ਕੀਤਾ ਵਾ ਅਖੀਰ ਤੇ ਮੇਰਾ ਇੱਕ ਰਿਮਾਰਕ ਤੁਸੀਂ ਜ਼ਰੂਰ ਲਿਓ ਕਾਂਗਰਸ ਔਰ ਅਕਾਲੀ ਦਲ ਦੇ ਬਾਰੇ ਕਿ ਕਾਂਗਰਸ ਪਾਰਟੀ ਕਿੰਗਰਾ ਸਾਹਿਬ ਨੇ ਕਿਹਾ ਕਿ ਅਸੀਂ ਬਿਲਕੁਲ ਨਹੀਂ ਉਠਾਇਆ ਮਾਨਯੋਗ ਪੰਜਾਬੜਾ ਹਰਿਆਣਾ ਹਾਈਕੋਰਟ ਦੇ ਵਿੱਚ ਕਲੇਅਰ ਸਾਹਿਬ ਮੇਰੀ ਗੱਲ ਨੂੰ ਐਂਡੋਰਸ ਕਰਨਗੇ ਬਕਾਇਦਾ ਪਟਿਆਲੇ ਤੋਂ ਸਾਡੇ ਇੱਕ ਕਲੀਗ ਨੇ ਹਮ ਪੇਸ਼ਾ ਉਹਨਾਂ ਨੇ ਕੇਸ ਦਾਇਰ ਕੀਤਾ ਪੀਆਈਐਲ ਪਾਈ ਗਈ ਕਿ ਜਿਹੜਾ ਐਨਐਚ 54 ਉਹਨੂੰ ਖਾਲੀ ਕਰਾਇਆ ਜਾਵੇ ਰੇਲਵੇ ਟਰੈਕ ਖਾਲੀ ਕਰਾਏ ਜਾਣ ਔਰ ਉੱਥੇ ਪੂਰਨ ਬਹਿਸ ਹੋਈ ਸਾਰੇ ਏਜੀ ਆਫਿਸ ਦਾ ਜ਼ੋਰ ਲੱਗਿਆ ਔਰ ਕਿਸਾਨ ਯੂਨੀਅਨਾਂ ਵੱਲੋਂ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ ਪੇਸ਼ ਹੋਏ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਡਰਾਮਾ ਕੀਤਾ ਟਰੈਕਟਰ ਰੈਲੀ ਕੱਢ ਕੇ ਸੋਫਿਆਂ ਵਾਲੇ ਟਰੈਕਟਰ ਲਿਆ ਕੇ ਇੱਥੇ ਜਿੱਥੇ ਰਾਹੁਲ ਗਾਂਧੀ ਜੀ ਔਰ ਸੁਨੀਲ ਜਾਖੜ ਜੀ ਬੈਠੇ ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕਿਹਾ ਗਿਆ ਕਿ ਸਪੈਸ਼ਲ ਸਦਨ ਕਾਲ ਕਰੋ ਕਨਵੀਨ ਕਰੋ ਔਰ ਇਹਨਾਂ ਬਿੱਲਾਂ ਦਾ ਕੁਝ ਕੀਤਾ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੈਸ ਦੇ ਵਿੱਚ ਇਹ ਬਿਆਨ ਸੀ ਕਿ ਮੈਂ ਕਿਸੇ ਦੀ ਟੈ ਨਹੀਂ ਮੰਨਦਾ ਮੇਰਾ ਦਿਲ ਕਰੂਗਾ ਤੇ ਮੈਂ ਸਪੈਸ਼ਲ ਸਦਨ ਕਨਵੀਨ ਕਰੂੰਗਾ ਤਾਂ ਫਿਰ ਜਦੋਂ ਪ੍ਰੈਸ਼ਰ ਬਿਲਟ ਅਪ ਹੋਇਆ ਤਾਂ 24 ਅਕਤੂਬਰ ਨੂੰ ਗੋਂਗਲਵਾਂ ਤੋਂ ਮਿੱਟੀ ਝਾੜਨ ਵਾਸਤੇ ਸੈਸ਼ਨ ਬੁਲਾ ਲਿਆ ਗਿਆ ਔਰ ਉਦੋਂ ਇਹਨਾਂ ਨੇ ਦੇਖੋ ਲੋਕਾਂ ਦੇ ਸਾਹਮਣੇ ਉਹਨੂੰ ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਕਿ ਅਸੀਂ ਇਹ ਬਿੱਲ ਰੱਦ ਕਰਤੇ ਆ ਤੇ ਅੱਜ ਤੋਂ 15 ਦਿਨ ਪਹਿਲਾਂ ਮਾਨਯੋਗ ਭਾਰਤ ਭੂਸ਼ਣ ਆਸ਼ੂ ਜਿਹੜੇ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਨੇ ਉਹ ਕਹਿ ਰਹੇ ਕਿ ਸਾਡੇ ਕੋਲੇ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ
ਇਹਨਾਂ ਬਿੱਲਾਂ ਨੂੰ ਰੱਦ ਕਰਨ ਦਾ। ਹੁਣ ਅਕਾਲੀ ਦਲ ਦੀ ਗੱਲ ਕਰ ਲਓ, 14 ਸਤੰਬਰ ਨੂੰ ਲੋਕ ਸਭਾ ਦੀ ਸਿਟਿੰਗ ਹੁੰਦੀ ਆ, 14 ਸਤੰਬਰ ਤੱਕ ਸਰਦਾਰਨੀ ਹਰਸਿਮਰ ਕੌਰ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸਮੇਤ ਪੰਜ ਵਾਰੀਆਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਕਿ ਇਹ ਬਿੱਲ ਬਹੁਤ ਅੱਛੇ ਨੇ। ਫਿਰ ਸਾਡੇ ਭੈਣ ਜੀ ਹਰਸਿਮਰ ਕੌਰ ਬਾਦਲ ਸਾਹਿਬਾ ਦਾ ਇਹ ਪਬਲਿਕ ਡੋਮੇਨ ਦੇ ਵਿੱਚ ਬਿਆਨ ਸੀ ਕਿ ਕਿਸਾਨ ਵਿਰੋਧ ਕਰ ਰਹੇ ਇਹਨਾਂ ਕਾਨੂੰਨਾਂ ਦਾ, ਮੈਂ ਵਿਰੋਧ ਨਹੀਂ ਕਰ ਰਹੀ। ਅੰਡਰ ਦਾ ਪ੍ਰੈਸ਼ਰ ਆਫ ਦਾ ਫਾਰਮਰ ਯੂਨੀਅਨ, ਔਰ ਜਦੋਂ ਆਵਾਮ ਦਾ ਪ੍ਰੈਸ਼ਰ ਬਣਿਆ ਤਾਂ ਫਿਰ ਅਕਾਲੀ ਦਲ ਨੇ ਯੂ ਟਰਨ ਲਿਆ ਹੈ। ਚਲੋ ਮੰਨ ਲਈ ਗੱਲ ਸਰ, ਗੱਲ ਭੁੱਲਰ ਸਾਹਿਬ, ਭੁੱਲਰ ਸਾਹਿਬ ਤੋਂ ਵਧੀਆ ਇੱਕ ਗਰਮ ਭੂਮਿਕਾ ਕਿਸੇ ਦੇ ਰਹੀ ਆ ਤੇ ਉਹ ਆਮ ਆਦਮੀ ਪਾਰਟੀ ਦੀ। ਭੁੱਲਰ ਸਾਹਿਬ ਤੁਹਾਡੀ ਗੱਲ ਮੰਨ ਲਈ ਸਰ, ਤੁਸੀਂ ਕਾਂਗਰਸ ਦੇ ਸਵਾਲ ਖੜੇ ਕਰਤੇ, ਅਕਾਲੀਆਂ ਦੇ ਸਵਾਲ, ਮੈਂ ਆ ਰਿਹਾ, ਕਲੀਅਰ ਸਾਹਿਬ ਆ ਰਿਹਾ, ਕਲੀਅਰ ਸਾਹਿਬ ਆ ਰਿਹਾ, ਤੁਸੀਂ ਅਕਾਲੀਆਂ ਦੇ ਸਵਾਲ ਖੜੇ ਕਰਤੇ, ਕਾਂਗਰਸ ਦੇ ਸਵਾਲ ਖੜੇ ਕਰਤੇ, ਇਹ ਗੱਦਿਆਂ ਵਾਲੇ ਟਰੈਕਟਰ ਤੁਸੀਂ ਮੰਗਾ ਲੈਂਦੇ? ਭੁੱਲਰ ਸਾਹਿਬ ਤੁਹਾਨੂੰ ਕਿਹਨੇ ਮਨਾ ਕੀਤਾ ਸੀਗਾ? ਇਹ ਗੱਦਿਆਂ ਵਾਲੇ ਟਰੈਕਟਰ ਤੁਸੀਂ ਮੰਗਾ ਲੈਂਦੇ? ਭੁੱਲਰ ਸਾਹਿਬ ਗੱਦਿਆਂ ਵਾਲੇ ਟਰੈਕਟਰ ਤੁਸੀਂ ਮੰਗਾ ਲੈਂਦੇ? ਤੁਹਾਨੂੰ ਮਨਾ ਕੀਤਾ ਹੀ ਕਿਸੇ ਨੇ? ਅਸੀਂ ਤਾਂ ਕੇਪੀ ਜੀ ਇੰਡੀਵਿਜੁਅਲੀ ਔਰ ਕਲੈਕਟਿਵਲੀ ਬਿਨਾਂ ਪਾਰਟੀ ਦੇ ਝੰਡੇ ਤੋਂ, ਬਿਨਾਂ ਪਾਰਟੀ ਦੇ ਲੋਗੋ ਤੋਂ, ਸਾਰਾ ਕੇਡਰ ਆਮ ਆਦਮੀ ਪਾਰਟੀ ਦਾ ਕਿਵੇਂ ਪਤਾ ਲੱਗੂਗਾ ਇਹ? ਸਤੰਬਰ ਤੋਂ ਉਦੋਂ ਹੀ ਸਾਹਿਬ ਕੇਪੀ ਜੀ ਭੁੱਲਰ ਸਾਹਿਬ ਕਿਵੇਂ ਪਤਾ ਲੱਗੂਗਾ, ਕਿਵੇਂ ਪਤਾ ਲੱਗੂਗਾ ਕਲੀਅਰਲੀ? ਇੱਕ ਮਿੰਟ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਭੁੱਲਰ ਸਾਹਿਬ ਦੇ ਸਵਾਲ ਤੇ ਵਾਪਸ ਆਵਾਂਗੇ। ਜਿਹੜਾ ਇਹਨਾਂ ਨੇ ਕਿਹਾ ਕਿ ਬਿਨਾਂ ਝੰਡੇ ਤੋਂ ਕੇਡਰ ਤੁਰਿਆ, ਕੇਡਰ ਹੈ ਕਿੰਨਾ ਸੀਗਾ, ਸਵਾਲ ਇਹ ਵੀ ਹੈਗਾ। ਕਾਂਗਰਸ ਦੇ ਵੀ ਸਵਾਲ ਬਹੁਤ ਸਾਰੇ ਆ, ਅਕਾਲੀ ਦਲ ਤੇ ਵੀ ਸਵਾਲ ਬਹੁਤ ਸਾਰੇ ਆ। ਇਹਨਾਂ ਸਵਾਲਾਂ ਦੇ ਵਿਚਾਲੇ ਦੇਸ਼ ਦੀ ਸਿਆਸਤ ਦੇ ਵਿੱਚ ਕਿਸਾਨ ਅੰਦੋਲਨ ਲੈ ਕੇ ਕਿੰਨੀ ਸੰਜੀਦਗੀ ਹੈਗੀ ਆ, ਜਾਂ ਸਿਰਫ ਸਿਆਸਤ ਕਿਸਾਨਾਂ ਦੇ ਮੋਢੇ ਰੱਖ ਕੇ ਸਭ ਕੁਝ ਕਰਦੀ ਹੈ। ਵਾਪਸ ਆ ਰਿਹਾ ਖੇਤੀ ਕਾਨੂੰਨਾਂ ਦੇ ਮੁੱਦੇ ਤੇ, ਜ਼ਮੀਨੀ ਪੱਧਰ ਤੇ ਸਿਆਸੀ ਧਿਰਾਂ ਨੇ ਕਿਹੜਾ ਰੋਲ ਨਿਭਾਇਆ? ਹਾਂ ਮਿਸਟਰ ਕਲੀਅਰ, ਕੀ ਕਹਿਣਾ ਚਾਹ ਰਹੇ ਹੋ? ਕੇਪੀ ਜੀ ਮੈਂ ਸਿਰਫ ਭੁੱਲਰ ਸਾਹਿਬ ਨੂੰ ਦੋ ਗੱਲਾਂ ਪੁੱਛਣੀਆਂ ਚਾਹੁੰਦਾ। ਪਹਿਲੀ ਗੱਲ, ਇਹ ਇਸ ਗੱਲ ਦਾ ਜਵਾਬ ਦੇਣ ਤੋਂ ਕਿਉਂ ਕਤਰਾਉਂਦੇ ਨੇ ਕਿ ਦਿੱਲੀ ਦੇ ਵਿੱਚ ਸਰਕਾਰ ਹੈ ਔਰ ਦਿੱਲੀ ਦੇ ਵਿੱਚ ਇਹਨਾਂ ਦੇ 60 ਤੋਂ MLA, ਦੇਖੋ ਇਹਨਾਂ ਦੇ MLA ਉੱਥੇ ਕਿੰਨੇ ਨੇ, ਤੇ ਉਹ MLA ਉੱਥੇ ਕਿੱਡਾ ਵੱਡਾ ਅੰਦੋਲਨ ਖੜਾ ਕਰ ਸਕਦੇ ਸੀ, ਦਿੱਲੀ ਸਰਕਾਰ ਦੀ ਨੱਕ ਵਿੱਚ ਦਮ ਕਰ ਸਕਦੇ ਸੀਗੇ, ਪਰ ਐਸਾ ਉਹਨਾਂ ਨੇ ਦਿੱਲੀ 'ਚ ਕੋਈ ਐਕਟੀਵਿਟੀ ਨਹੀਂ ਕੀਤੀ। ਦੂਸਰੀ ਗੱਲ, ਅੰਦੋਲਨ ਚੱਲਦੇ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਿਉਂ ਬਿੱਲ ਦਿੱਲੀ ਦੇ ਵਿੱਚ ਲਾਗੂ ਕੀਤੇ, ਇਹਦੇ ਬਾਰੇ ਭੁੱਲਰ ਸਾਹਿਬ ਕੋਲੇ ਕੋਈ ਜਵਾਬ ਨਹੀਂ। ਔਰ ਤੀਸਰੀ ਗੱਲ, ਅੱਜ ਇਹ ਗੱਲ ਕਹਿੰਦੇ ਕਿ ਜੀ ਫਾਰਮ ਪ੍ਰੋਟੈਸਟ ਦੇ ਨੀਚੇ ਬੀਬਾ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ। ਮੈਂ ਤਾਂ ਬਹੁਤ ਚੰਗੀ ਗੱਲ ਕਹਿਣਾ ਕਿ ਅਗਰ ਆਪਣਿਆਂ ਦਾ ਦਬਾਅ ਸਮਝਦੇ ਹੋਏ, ਅਗਰ ਕਿਸਾਨਾਂ ਦਾ ਦਬਾਅ ਸਮਝਦੇ ਹੋਏ ਕਿਸਾਨ ਅੰਦੋਲਨ ਦੇ ਵਿੱਚ ਅਸਤੀਫਾ ਦਿੱਤਾ ਤਾਂ ਉਹ 'ਚ ਮਾੜੀ ਗੱਲ ਕੀ ਹੈ? ਚੰਗੀ ਗੱਲ ਹੈ, ਆਪਣਿਆਂ ਦਾ ਦਵਾਈ ਸਮਝਣਾ ਚਾਹੀਦਾ। ਇਹ 'ਚ ਕੀ ਮਾੜੀ ਗੱਲ ਹੈ? ਅਗਰ ਕਿਸੇ ਨੇ ਦਬਾਅ ਸਮਝਦੇ ਅਸਤੀਫਾ ਦਿੱਤਾ, ਹੋਰ ਆਪਾਂ ਰੋਂਦੇ ਕੀ ਹਾਂ? ਆਪਾਂ ਦੁਸ਼ਯੰਤ ਚੌਟਾਲੇ ਤੇ ਕਿਉਂ ਰੋਂਦੇ ਹਾਂ ਕਿ ਛੱਡਦੇ ਬੀਜੇਪੀ ਦੀ ਸਰਕਾਰ ਗਿਰਜੇ? ਆਪਾਂ ਕਿਉਂ ਕਹਿੰਦੇ ਹਾਂ? ਆਪਾਂ ਦਬਾਅ ਕਿਉਂ ਬਣਾ ਰਹੇ? ਆਪਾਂ ਦਬਾਅ ਵੀ ਤਾਂ ਹੀ ਬਣਾ ਰਹੇ ਕਿ ਮੋਦੀ ਸਾਹਿਬ ਬਿੱਲ ਵਾਪਸ ਲੈ ਲੈਣ। ਸੋ ਇਹ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਬਿਲਕੁਲ ਸਹੀ ਰਹੀ ਹੈ, ਜਿੰਨੀ ਦੇਰ ਸਰਕਾਰ ਦੇ ਭਾਈਵਾਲ ਸੀ ਕੋਸ਼ਿਸ਼ ਕੀਤੀ ਕਿਸਾਨਾਂ ਦੇ ਮਸਲੇ ਐਡਰੈਸ ਕਰਾਉਣ ਦੀ, ਠੀਕ ਹੈ, ਜਦੋਂ ਨਹੀਂ ਮੰਨੇ ਤਾਂ ਆਪਣੀ ਕੁਰਸੀ ਵੀ ਛੱਡਤੀ, ਭਾਈਵਾਲ ਵੀ ਛੱਡਤਾ। ਇਹ ਵੱਡਾ ਕਦਮ ਹੈ, ਅਗਰ ਆਪਣਿਆਂ ਦੇ ਦਬਾਅ ਨੀਚੇ ਵੀ ਕੀਤਾ ਮੈਂ ਤਾਂ ਵੀ ਸ਼ਲਾਘਾ ਕਰਦਾ ਇਸ ਕਦਮ। ਠੀਕ ਹੈ, ਹਰਦੀਪ ਸਿੰਘ ਇੰਗਰਾ, ਸਰ ਪ੍ਰੋਫੈਸਰ ਮਨਜੀਤ ਸਿੰਘ ਨੇ ਜਿਹੜਾ ਤੁਹਾਡੀ ਪਾਰਟੀ ਤੇ ਸਵਾਲ ਚੁੱਕੇ ਆ, ਉਹ ਇਹ ਸਵਾਲ ਚੁੱਕਿਆ ਕਿ ਤੁਹਾਡੀ ਅੰਦਰ ਖਾਤੇ ਦਾ ਸਹਿਮਤੀ ਸੀ ਸੂਬਾ ਪੰਜਾਬ ਹੋਣ ਕਰਕੇ, ਇੱਥੇ ਤੁਹਾਡੀ ਸਰਕਾਰ ਹੋਣ ਕਰਕੇ ਤੁਹਾਨੂੰ ਕਿਸਾਨਾਂ ਦੇ ਨਾਲ ਖੜਨਾ ਪੈ ਗਿਆ ਹਰਦੀਪ ਸਿੰਘ ਇੰਗਰਾ, ਪਰ ਕੌਮੀ ਪੱਧਰ ਤੇ ਤੁਹਾਡੀ ਪਾਰਟੀ ਉਸ ਤਰੀਕੇ ਨਾਲ ਇਸ ਖੇਤੀ ਕਾਨੂੰਨਾਂ ਦੇ ਅੰਦੋਲਨ ਨੂੰ ਉਸ ਤਰੀਕੇ ਨਾਲ ਨਹੀਂ ਚਲਾ ਸਕੀ ਜਿਸ ਤਰੀਕੇ ਨਾਲ ਤੁਸੀਂ ਚਲਾਉਣਾ ਚਾਹ ਰਹੇ ਸੀਗੇ ਹਰਦੀਪ ਸਿੰਘ ਇੰਗਰਾ, ਜਾਂ ਮਨਸ਼ਾ ਹੀ ਨਹੀਂ ਹੈਗੀ ਸੀ? ਪਹਿਲਾਂ ਤਾਂ ਮੈਨੂੰ KP ਜਵਾਬ ਦੇ ਲੈਣ ਦੇ, ਮੇਰੇ ਦੋ ਵੀਰਾਂ ਦਾ, ਇੱਕ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ, ਛੋਟੇ ਜਿਹੇ ਗੱਲ 'ਚ ਮੈਂ ਜਵਾਬ ਦਿੰਦਾਗਾ। ਕਲੀਅਰ ਸਾਹਿਬ ਨੇ ਜਿਵੇਂ ਆਖਿਆ, ਭਾਰਤ ਦੇ ਵਿੱਚ ਇੱਕੋ ਸਟੇਟ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਉਸੇ ਸਟੇਟ ਨੇ ਇਹ ਬਿੱਲ ਜਿਹੜੇ ਹੈ ਰੈਕਟੀਫਾਈ ਕੀਤੇ ਆਪਣੀ ਵਿਧਾਨ ਸਭਾ 'ਚ, ਬਾਕੀ ਕਿਸੇ ਸਟੇਟ ਨੇ ਨਹੀਂ ਕੀਤੇ। ਇਹ ਬੜੀ ਸ਼ਰਮ ਦੀ ਗੱਲ ਹੈ, ਇਹਨਾਂ ਦੀ ਕੀ ਮਜਬੂਰੀ ਸੀ ਉਹ ਕਰਨ ਵਾਸਤੇ, ਇਹ ਦੱਸ ਸਕਦੇ ਆ? ਆਸੇ ਥਾਰੂ ਦਾ ਦੱਸਣ ਦੀ ਲੋੜ ਹੈ ਨਹੀਂ ਗੀ। ਦੂਜੀ ਗੱਲ, ਉਹ ਕਹਿੰਦਾ ਸਾਡਾ ਵਗ ਜਾਂਦਾ, ਉਹ ਸਾਡਾ ਵਗ ਜਾਂਦਾ, ਤੇਰਾ ਦਾ ਵਗ 'ਚ ਕੀ ਆ? ਕਹਿੰਦਾ ਉਹ ਜਿਹੜਾ ਚਿੱਟੀ ਪੂਛ ਵਾਲਾ ਕੱਟਾ ਮੇਰੇ ਮਾਮੇ ਦਾ। ਇਹ ਮਾਮੇ ਦੇ ਵਗ ਕੱਟੇ ਨੂੰ ਵਗ ਨਹੀਂ ਕਹੀਦਾ ਹੁੰਦਾ। ਤੁਹਾਡੇ ਕੋਲੇ ਕੀ ਸਬੂਤ ਹੈ ਕਿ ਤੁਹਾਡੇ ਬੰਦੇ ਸੀ ਉੱਥੇ? ਤੁਸੀਂ ਸਾਡੇ, ਮੈਂ ਤਾਂ ਕਹਿੰਦਾ ਸਾਡੇ ਬੰਦੇ ਸੀ ਬਿਨਾਂ ਝੰਡਿਆਂ ਤੋਂ ਉੱਥੇ ਗਏ। ਗੱਲਾਂ ਕਰਨੀਆਂ ਚਾਹੀਦੀਆਂ ਕਿ ਸਾਡੇ ਬੰਦੇ ਬਿਨਾਂ ਝੰਡੇ ਤੋਂ ਤੁਰੇ ਫਿਰਦੇ ਆ? ਤੁਹਾਡਾ ਬੰਦਾ ਤਾਂ ਮੇਰੇ ਮੂੰਹ 'ਚੋਂ ਹੋਰ ਨਿਕਲ ਗਿਆ ਸੀ, ਕਿਤੇ ਇੱਕ ਪਲ ਨਹੀਂ ਤੁਰਦਾ ਹੈਗਾ ਝੰਡੇ ਤੋਂ ਬਿਨਾਂ। ਉਹ ਤਾਂ ਟੋਪੀ ਵੀ ਆਪਦੀ ਲਾ ਕੇ ਜਾਂਦਾ, ਉਹ ਟੋਪੀਆਂ ਤਾਂ ਤੁਸੀਂ ਪਵਾਦੀਆਂ ਪਾਰਟੀ ਦੇ। ਚਲੋ ਹੁਣ ਤੁਸੀਂ ਹੁਣ ਆਪਾਂ ਅੱਗੇ ਚੱਲੀਏ ਕੇਂਦਰ ਸਾਹਿਬ, ਤੁਸੀਂ ਦੋਨਾਂ ਦੇ ਇਲਜ਼ਾਮ ਲਾਤੇ, ਅੱਗੇ ਚੱਲੀਏ। ਇੱਕ ਮਿੰਟ ਮਿਸਟਰ ਭੁੱਲਰ ਇੱਕ ਮਿੰਟ, ਮੈਂ ਤੁਹਾਡੀ ਪਾਰਟੀ ਨੂੰ ਅੰਦਰੋਂ ਬਾਹਰੋਂ ਤੇਰੇ ਨਾਲੋਂ ਜ਼ਿਆਦਾ ਜਾਣਦਾ। ਕੇਂਦਰ ਸਾਹਿਬ ਅੱਗੇ ਚੱਲੋ, ਇੱਕ ਮਿੰਟ ਕੇਂਦਰ ਸਾਹਿਬ, ਭੁੱਲਰ ਸਾਹਿਬ ਇੱਦਾਂ ਨਾ ਕਰੋ ਪਲੀਜ਼।
निजी हमले च ना पाओ सर। नहीं एक मिनट केकरा साहब प्लीज, केकरा साहब एक मिनट सर रुक जाओ, केकरा साहब रुक जाओ सर, तुम्हारी गाली नहीं पहुंचनी सर, तुम्हारी गाली नहीं पहुंचनी केकरा साहब। इसलिए इस बहस में नहीं जाना चाहता कि निजी तौर पर कौन किनू जानता है, पर सवाल यह है किसान अंदोलन सियासत का की रोल है, उस सवाल से वापस आऊंगा। खेती कानून के मुद्दे से जमीनी पद्धर से सियासी धिर ने किहड़ा रोल निभाया? हरदीप सिंह किंगरा ते मनिंदर पुलर हरी आपस में जो बहस रहे थे तो ही मैं ब्रेक लेती सी, हुण मामला मैं लगता थोड़ा शांत हो गया होगा तो असी अपने ट्रैक पर वापस आ सकते हैं। हरदीप सिंह किंगरा सर, मैं सवाल कर रहा सीगा, तुहाडी पार्टी ने कौमी पद्धर जो रोल निभाना सीगा सर उस तरीके नहीं रोल निभा सकी, इस दे नाल तुहाडी पार्टी नाल होर भी, मैं TMC का भी जिक्र करना चाहूँगा सर, TMC का जिक्र करने के नाल NCP का भी जिक्र करना चाहूँगा हरदीप सिंह किंगरा, मैं उन्होंने सारिया पार्टियां की गल करना चाहना हरदीप सिंह किंगरा, जिहड़ा कौमी पद्धर से इस अंदोलन होर संट्रेंथित कर सकती सी। हरदीप सिंह किंगरा मैं तुहाडे नाल बिल्कुल सहमत हाँ, राइट फ्रॉम डे वन KP मेरा ये ओपीनियन सीगा कि जिस दिन पोलीटिकल BJP चाहती सी कि पोलीटिक अज भी BJP यह कहती है कि कांग्रेस पार्टी ये पिछे है अंदोलन के, इस करके असी नहीं गल करनी, उन्होंने सारे बंदे कहते हैं BJP का एक स्टाइल है, BJP का तू कुटी तो मैं बराऊंगा, एक बिल्कुल उन्होंने का स्टाइल है। 4 MPs कह दें तुम बयान दे दो, कांग्रेस के उल्ट भी कांग्रेस पार्टी की मूवमेंट है, प्रधानमंत्री कह दिता कुछ होर, इन्हों का यह स्टाइल है, तुम शुरू तो देखो। इस करके पार्टी ने जिन्ना कुछ भी किया, पार्टी ने राज पार्लीमेंट छोड़ दो, पार्लीमेंट दो बारी जाके जो राष्ट्रपति मिल चुके हैं, सारिया पार्टियां इकट्ठा करके पहली बारी राष्ट्रपति दे अभिभाषण जिहड़ा उन्हें करना सीगा जॉइंट सैशन नूं, ते उहदा बाइकॉट होया देश दे विच, इट इज नॉट ए जोक, और इहदे पिछे बहुत वड्डा रोल है कांग्रेस पार्टी दा इस नूं ऑर्गेनाइज करवाउण वास्ते। ठीक ठीक है, इस करके 29 पार्टियां दे जिहड़ी, देखो मैं तुहानूं दसदा, इह नहीं मैं कहिंदा कि कांग्रेस पार्टी ने कीता है, कांग्रेस पार्टी भी 29 पार्टियां दा हिस्सा है। ठीक है सर, तुहाडा आर्गूमेंट आ गया हरदीप सिंह, तुहाडा आर्गूमेंट आ गया, मैं वापस आऊंगा, सर। हैव डन इट कलेक्टिवली, ठीक ठीक, क्वेश्चन व्हाट अबाउट द अपोजिशन पार्टीज हैव डन, ठीक ठीक है सर, दे हैव डन इट कलेक्टिवली व्हाटएवर दे कुड डू, राइट सर। प्रसन्न मनजीत सिंह की कहना चाह रहे हो कांग्रेस दी स्टेटमेंट ते? नहीं, कांग्रेस दा ठीक है, देखो ताडी गल बिल्कुल ठीक है कि एक कोई एक नैशनल अल्टरनेटिव पार्टी है BJP ली, एड्डी वड्डी होर कोई भी देख वाली जिहदी जिहनूं जिहड़ी दिखदी होवे कोई पार्टी होर है नहीं जो ये भूमिका निभा सकते हैं, इन्हां को साधना की भी उड्डी कमी नहीं होनी चाहिए, वो नहीं, मैनूं तो लगता इन्हां दा अपना ही घर बहुता सूत्र नहीं है, ये दिक्कत वाली गल है। राहुल गांधी प्रधान होणगे कि सोनिया गांधी प्रधान होणगे कि अपना इत्थे दे जिहड़े साडे नौजवान है नवजोत सिंह सिद्धू की उन्होंने की मिलेगा की नहीं, यह गलों से ज्यादा टाइम बाजवे की कोई दूजे पास स्टेटमेंट के कैप्टन साहब नहीं कुछ करते, मतलब ये सारा कुछ घरेलू जंग के ज्यादा टाइम लंघ जाता, देश के लोगों लिए मुद्दों से लड़न लिए टाइम घट बचता, ये सानू सामने दिखता है। पर मैं एक गल बहुत इंपोर्टेंट जी मैनू लगती कहनी चाहना हाँ, इस मूवमेंट ने एक चीज तो दिखा दी कि जी राजनीतिक जमात है वह किसी भी रंग की हो ਉਹ ਡਿਸਕ੍ਰੈਡਿਟਡ ਹੋ ਗਈ ਹੈ ਔਰ ਉਹਦੇ ਤੇ ਲੋਕਾਂ ਨੂੰ ਬਹੁਤਾ ਭਰੋਸਾ ਨਹੀਂ, ਨਾ ਸਰਕਾਰ ਤੇ ਭਰੋਸਾ ਨਾ ਪਾਰਟੀਆਂ ਤੇ ਭਰੋਸਾ ਉਹਨਾਂ ਨੇ, ਹੁਣ ਇਹ ਕ੍ਰੈਡੀਬਿਲਟੀ ਬਣਾਉਣ ਲਈ ਇਹਨਾਂ ਨੂੰ ਕੁਛ ਨਾ ਕੁਛ ਜ਼ਿਆਦਾ ਕੁਛ ਕਰਨਾ ਚਾਹੀਦਾ ਸੀ ਕਿ ਅਸੀਂ ਇੰਨੇ ਮਾੜੇ ਵੀ ਨਹੀਂ, ਜਦੋਂ ਵਾਰ ਵਾਰ ਕਹਿ ਰਹੇ ਸੀ ਕਿ ਅਸੀਂ ਇੱਥੇ ਸਟੇਜਾਂ ਤੇ ਨਹੀਂ ਆਉਣ ਦੇਣਾ, ਇਹ ਕਹਿੰਦੇ ਕਿ ਅਸੀਂ ਤੁਸੀਂ ਨਾ ਆਉਣ ਦਿਓ, ਪਰ ਆਹ ਦੇਖੋ ਅਸੀਂ ਤੁਹਾਡੇ ਨਾਲੋਂ ਮਾੜੇ ਵੀ ਨਹੀਂ ਤੇ ਤੁਹਾਡੇ ਨਾਲੋਂ ਉਹਨੇ ਕਿਤੇ ਤੁਹਾਨੂੰ ਦਗਾ ਦੇਣ ਵਾਲੇ ਵੀ ਨਹੀਂ, ਠੀਕ ਹੈ ਅਸੀਂ ਜੋ ਗਲਤੀਆਂ ਕੀਤੀਆਂ ਹੋਣਗੀਆਂ, ਪਰ ਅੱਜ ਤੁਹਾਡੀ ਪਿੱਠ ਪਿੱਛੇ ਖੜੇ ਹਾਂ। ਜਿਹੜਾ KP ਸਿੰਘ ਜੀ ਦਾ ਸਵਾਲ ਹੈ ਮੈਂ ਬਿਲਕੁਲ ਉਹਦੇ ਨਾਲ ਸਹਿਮਤ ਹੈ, ਇਹ ਹੋਣਾ ਚਾਹੀਦਾ ਸੀ ਜਿਹੜਾ ਸਾਨੂੰ ਨਹੀਂ ਦਿਖਿਆ। ਹਾਂ ਠੀਕ ਹੈ, ਮੈਂ ਪ੍ਰਸਮਨ ਜੀ ਸਿੰਘ ਵਾਪਸ ਆਊਂਗਾ ਤੁਹਾਡੇ ਕੋਲ। ਮਨਿੰਦਰ ਸਿੰਘ ਭੁੱਲਰ ਸਰ, ਤੁਹਾਡੀ ਪਾਰਟੀ ਪੂਰਨ ਸਵਰਾਜ ਦੀ ਦਾ ਜ਼ਿਕਰ ਕਰਦੀ ਆ ਉੱਥੇ ਦਿੱਲੀ ਦੇ ਵਿੱਚ, LG ਨਾਲ ਹਮੇਸ਼ਾ ਖੇਡਦੇ ਰਹਿੰਦੇ ਹੋ ਤੁਸੀਂ, ਸਵਾਲ ਇਹ ਹੈਗਾ ਕਿ ਸੰਘੀ ਢਾਂਚੇ ਦਾ ਸਵਾਲ ਹੁੰਦਾ ਹੈ, ਇਹ ਤੁਹਾਡੇ ਲਈ ਵੀ ਸਵਾਲ ਉਨਾ ਹੀ ਵੱਡਾ ਹੋ ਗਿਆ ਸੀ ਜਿੰਨਾ ਅਕਾਲੀ ਦਲ ਲਈ ਹਮੇਸ਼ਾ ਤੋਂ ਵੱਡਾ ਰਿਹਾ। ਮਨਿੰਦਰ ਸਿੰਘ ਭੁੱਲਰ ਤੁਸੀਂ ਉਸ ਸਵਾਲ 'ਤੇ ਕੀ ਕੀਤਾ, ਕਿਸਾਨ ਜਥੇਬੰਦੀਆਂ ਵਾਰ ਵਾਰ ਜਦੋਂ ਮੀਟਿੰਗਾਂ ਕਰਦੀਆਂ ਉਹ ਸੰਘੀ ਢਾਂਚੇ ਦਾ ਸਵਾਲ ਉੱਥੇ ਚੱਕਦੀਆਂ, ਜਾਂ ਕਿ ਪੋਲੀਟੀਕਲ ਪਾਰਟੀ ਸੀ ਜ਼ਿੰਮੇਵਾਰੀ ਸੀ, ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋਏ ਆ? ਮਨਿੰਦਰ ਸਿੰਘ ਭੁੱਲਰ ਬਿਲਕੁਲ ਨਹੀਂ ਮੁਨਕਰ ਹੋਏ, ਅਸੀਂ ਤਾਂ ਕਹਿੰਦੇ ਹਾਂ ਕਿ ਸਪਿਰਿਟ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਇਹੀ ਕਹਿੰਦੀ ਆ ਕਿ ਇੰਡੀਅਨ ਕਨਸਟੀਟਿਊਸ਼ਨ ਇਜ਼ ਯੂਨਿਟਰੀ ਵਿਦ ਦਾ ਫੈਡਰਲ ਫੀਚਰਸ,
ਕਿ ਜਿਹੜਾ ਯੂਨੀਅਨ ਆ ਆਰਟੀਕਲ 1 ਆਫ ਇੰਡੀਅਨ ਕਨਸਟੀਟਿਊਸ਼ਨ ਇਹ ਹੈ ਕਿ ਇੰਡੀਆ ਵਿਲ ਬੀ ਅ ਯੂਨੀਅਨ ਆਫ ਸਟੇਟਸ ਔਰ ਸਾਡੀ ਪਾਰਟੀ ਇਸ ਗੱਲ ਨੂੰ ਤਸਲੀਮ ਵੀ ਕਰਦੀ ਹੈ ਇਸ ਗੱਲ ਨੂੰ ਬੈਕਅਪ ਵੀ ਕਰਦੀ ਹੈ ਆਮ ਆਦਮੀ ਪਾਰਟੀ ਨੇ ਕਦੋਂ ਇਸ ਗੱਲ ਨੂੰ ਇਸ ਗੱਲ ਤੋਂ ਵਿਡਰਾਅ ਕੀਤਾ ਜਾਂ ਇਸ ਗੱਲ ਨੂੰ ਬੈਕਅਪ ਨਹੀਂ ਦਿੱਤਾ ਸਰ ਕੌਮੀ ਕਨਵੀਨਰ ਇੱਕ ਮਿੰਟ ਭੁੱਲਰ ਸਾਹਿਬ ਤੁਹਾਡੇ ਕੌਮੀ ਕਨਵੀਨਰ ਦੀ ਇੱਕ ਸਟੇਟਮੈਂਟ ਸਰ ਮੈਨੂੰ ਦੱਸ ਦਿਓ ਕਿ ਖੇਤੀ ਕਾਨੂੰਨਾਂ ਤੇ ਸੰਘੀ ਢਾਂਚੇ ਦੇ ਮਾਮਲੇ ਤੇ ਉਹਨਾਂ ਦੀ ਕੋਈ ਸਟੇਟਮੈਂਟ ਆਈ ਹੋਵੇ ਤੇ ਤੁਹਾਡੀ ਪਾਰਟੀ ਨੇ ਉਸ ਸਟੇਟਮੈਂਟ ਦਾ ਅਗਾਹ ਉਸ ਤਰੀਕੇ ਨਾਲ ਪ੍ਰਚਾਰ ਵੀ ਕੀਤਾ ਹੋਵੇ ਦੱਸਿਆ ਵੀ ਹੋਵੇ ਸਾਡੀ ਪਾਰਟੀ ਦਾ ਸਟੈਂਡ ਹੈਗਾ ਮੈਂ ਕੌਮੀ ਕਨਵੀਨਰ ਦੀ ਗੱਲ ਕਰ ਰਿਹਾ ਭੁੱਲਰ ਸਾਹਿਬ ਦੇਖੋ ਕੇਪੀ ਜੀ ਦੀਸ ਆਰ ਟੂ ਸੈਪਰੇਟ ਲਾਈਨਸ ਵਨ ਇਜ਼ ਟੂ ਅਪੋਜ਼ ਦਾ ਫਾਰਮਰ ਐਕਟ ਔਰ ਦੂਸਰਾ ਜਿਹੜਾ ਫੈਡਰਲ ਸਟਰਕਚਰ ਨੂੰ ਐਮਪਾਵਰ ਕਰਨ ਦੀ ਗੱਲ ਆ ਦੈਟ ਇਜ਼ ਅ ਸੈਪਰੇਟ ਥਿੰਗ ਕਿ ਅਸੀਂ ਤਾਂ ਸ਼ੁਰੂ ਤੋਂ ਜਾਣ ਦੇਖੋ ਤੁਸੀਂ ਕਹੋ ਕਿ ਅਸੀਂ ਜਿਹੜੀ ਕੰਸੋਲੀਡੇਸ਼ਨ ਆ ਉਹਦੇ ਅਗੇਂਸਟ ਕਿਤੇ ਗਏ ਆ ਜਾਂ ਅਸੀਂ ਕਿਤੇ ਲਾਲ ਕਿਲੇ ਵਾਲੇ ਝੰਡੇ ਦਾ ਸਮਰਥਨ ਕੀਤਾ ਆ ਜਾਂ ਅਸੀਂ ਕਿਤੇ ਦੇਸ਼ ਦੀ ਇੰਟੈਗ੍ਰਿਟੀ ਦੇ ਖਿਲਾਫ ਗਏ ਆ ਉਸ ਪੱਖ ਵਿੱਚ ਤੁਸੀਂ ਖੜੇ ਹੋ ਵਿਰੋਧ ਨਹੀਂ ਕਰਦੇ ਪੈਂਦਾ ਮਤਲਬ ਇਹ ਵੀ ਹੁੰਦਾ ਸਰ ਨੋ ਨੋਟ ਐਟ ਆਲ ਅਗਰ ਅਸੀਂ ਕਹੀਏ ਕਿ ਅਸੀਂ ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜਾ ਹੈਗਾ ਵਿਸ਼ਵਾਸ ਰੱਖਦੇ ਆ ਬੀਜੇਪੀ ਰਿਜੇਮ ਡੂਇੰਗ ਸਿੰਸ ਲਾਸਟ 7 ਇਅਰਸ ਅਸੀਂ ਉਹਨੂੰ ਉਹਦੀ ਪਿੱਠ ਤਪ ਤਪਾਈਏ ਫਿਰ ਤਾਂ ਸਾਡੇ ਤੇ ਇਲਜ਼ਾਮ ਲੱਗਦਾ ਇਟ ਮੀਨਸ ਬਾਈ ਡਿਫਾਲਟ ਵੀ ਆਰ ਇਨ ਫੇਵਰ ਆਫ ਦਾ ਫੈਡਰਲ ਸਟਰਕਚਰ ਚਲੋ ਮੈਂ ਸਵਾਲ ਸਿੱਧਾ ਕਰ ਦੇਣਾ ਮਨਿੰਦਰ ਭੁੱਲਰ ਮੈਂ ਸਵਾਲ ਸਿੱਧਾ ਕਰ ਦੇਣਾ ਖੇਤੀ ਕਾਨੂੰਨਾਂ ਦਾ ਮੁੱਦਾ ਆਮ ਆਦਮੀ ਪਾਰਟੀ ਨੂੰ ਸੰਘੀ ਢਾਂਚੇ ਤੇ ਹਮਲਾ ਲੱਗਦਾ ਜਾਂ ਨਹੀਂ ਬਿਲਕੁਲ ਇਹ ਕੱਲੀ ਆਮ ਆਦਮੀ ਪਾਰਟੀ ਨੂੰ ਨਹੀਂ ਹਰ ਬੰਦਾ ਤੁਸੀਂ ਮੈਂ ਆਪਾਂ 5 ਲੋਕ ਬਹਿਸ ਕਰ ਰਹੇ ਹਾਂ ਹਰ ਬੰਦਾ ਇਸ ਗੱਲ ਨੂੰ ਤਸਲੀਮ ਕਰਦਾ ਕਿ ਇਟਸ ਅ ਅਟੈਕ ਔਨ ਦਾ ਫੈਡਰਲ ਸਟਰਕਚਰ ਜਿਹੜੀਆਂ ਸਟੇਟਸ ਦੀਆਂ ਸੀ ਔਰ ਮੈਂ ਨਿੱਜੀ ਤੌਰ ਤੇ ਇਹ ਵੀ ਕਹਿਣਾ ਕਿ ਜਿੰਨੀ ਦੇਰ ਤੱਕ ਰੀਜਨਲ ਫੋਰਸਸ ਜਿਹੜੀਆਂ ਹੈਗੀਆਂ ਚਾਹੇ ਆਮ ਆਦਮੀ ਪਾਰਟੀ ਦਾ ਰੀਜਨਲ ਵਿੰਗ ਹੈ ਉਹ ਸਟਰੋਂਗ ਨਹੀਂ ਹੋਣਗੇ ਉਨੀ ਦੇਰ ਤੱਕ ਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਉਹ ਹੁੰਦੀ ਰਹੂਗੀ ਠੀਕ ਹੈ ਇੱਕ ਸਟੇਟਮੈਂਟ ਨਹੀਂ ਦੇ ਸਕਦੇ ਸੀ ਸਰ ਤੁਸੀਂ ਇੱਥੇ ਬੈਠ ਕੇ ਤਾਂ ਕਹਿ ਰਹੇ ਹੋ ਮਨਜਿੰਦਰ ਭੁੱਲਰ ਆਈ ਵਿਲ ਐਕਸਟੈਂਡ ਯੂਅਰ ਓਪੀਨੀਅਨ ਟੂ ਆਰ ਨੈਸ਼ਨਲ ਕਨਵੀਨਰ ਮੈਂ ਥੈਂਕਸ ਅ ਲੋਟ ਡੈਫੀਨਿਟਲੀ ਵੀ ਵਿਲ ਡੂ ਆਰ ਬੈਸਟ ਕਿ ਉਹ ਇਸ ਫੇਵਰ ਚ ਬਿਆਨ ਦੇਣ ਚਲੋ ਥੈਂਕ ਯੂ ਵੈਰੀ ਮੱਚ ਹਰਜੀਤ ਕਲੇਰ ਤੁਹਾਡੇ ਤੇ ਹੁਣ ਜ਼ਿੰਮੇਵਾਰੀ ਬਹੁਤ ਵੱਡੀ ਹੈ ਸੰਘੀ ਢਾਂਚੇ ਦਾ ਮੁੱਦਾ ਤੁਹਾਡੇ ਤੇ ਵਾਰ-ਵਾਰ ਆ ਰਿਹਾ ਅਕਾਲੀ ਦਲ ਤੇ ਜਿਹੜਾ ਇਲਜ਼ਾਮ ਲੱਗਦਾ ਰਿਹਾ ਉਹ ਅੱਜ ਵੀ ਇਲਜ਼ਾਮ ਸਰ ਉਵੇਂ ਹੀ ਖੜਾ ਕਹਿੰਦੇ ਅਕਾਲੀ ਦਲ ਸੰਘੀ ਢਾਂਚੇ ਦਾ ਮੁੱਦਾ ਬਹੁਤ ਚੱਕਦਾ ਰਿਹਾ ਹਮੇਸ਼ਾ ਬਾਦਲ ਸਾਹਿਬ ਇਹ ਗੱਲ ਕਰਦੇ ਰਿਹਾ ਪਰ ਕਹਿੰਦੇ ਸ਼ੰਭੂ ਬਾਰਡਰ ਟੱਪ ਨਹੀਂ ਭੁੱਲ ਜਾਂਦੇ ਆ ਅਰਜੀਤ ਸਿੰਘ ਕਲੇਰ ਸ਼ੰਭੂ ਬਾਰਡਰ ਟੱਪਦੇ ਹੁਣ ਭੁੱਲੋਗੇ ਤਾਂ ਨਹੀਂ ਕੇਪੀ ਜੀ ਇਹ ਗੱਲ ਬਿਲਕੁਲ ਗਲਤ ਹੈ ਕਿ ਸ਼ੰਭੂ ਬਾਰਡਰ ਟੱਪਦੇ ਭੁੱਲ ਜਾਂਦੇ ਔਰ ਚੰਗੀ ਗੱਲ ਹੈ ਅਗਰ ਸਾਡੇ ਤੇ ਕੋਈ ਚੀਜ਼ ਦਾ ਬਲੇਮ ਤਾਂ ਲੱਗਦਾ ਜੇ ਐਕਸਪੈਕਟੇਸ਼ਨ ਹੈ ਸਾਡੇ ਤੋਂ ਔਰ ਇਹ ਕੋਈ ਮਾੜੀ ਗੱਲ ਨਹੀਂ ਜੀ ਤੋਂ ਐਕਸਪੈਕਟ ਕਰਦੇ ਆ ਆਪਾਂ ਉਹਦੇ ਤੇ ਗੁੱਸਾ ਕੱਢਦੇ ਆ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਨੂੰ ਇਹ ਲੱਗਦਾ ਹੈ ਕਿ ਸੰਘੀ ਢਾਂਚੇ ਦੀ ਗੱਲ ਕਰਨੀ ਥੋੜੀ ਘਟ ਗਈ ਜਾਂ ਨਹੀਂ ਕੀਤੀ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਚੀਜ਼ਾਂ ਲਈ ਹਮੇਸ਼ਾ ਵਚਨਬੱਧ ਹੈ ਲੋਕਾਂ ਲਈ ਵਚਨਬੱਧ ਹੈ ਪਰ ਜਿਹੜੀ ਅੱਜ ਦੀ ਗੱਲ ਹੈ ਕੇਪੀ ਜੀ ਇਸ ਚੀਜ਼ ਨੂੰ ਜੇ ਤੁਸੀਂ ਡਿਫਾਈਨ ਕਰਨਾ ਤਾਂ ਉਹ ਡਿਫਾਈਨ ਇਦਾਂ ਹੋਣੀ ਹੈ ਕਿ ਅਗਰ ਅੱਜ ਦੇਸ਼ ਦੇ ਜੋ ਹਾਲਾਤ ਨੇ ਜੋ ਖੇਤੀ ਕਾਨੂੰਨ ਆਏ ਨੇ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਜਿਹੜੀ ਵਿਰੋਧੀ ਧਿਰ ਬਿਲਕੁਲ ਖਤਮ ਹੋ ਗਈ ਹੈ ਵਿਰੋਧੀ ਧਿਰ ਤੋਂ ਮੇਰਾ ਸਿੱਧਾ ਸਿੱਧਾ ਮਤਲਬ ਕਾਂਗਰਸ ਹੈ ਕਿਉਂਕਿ ਸੈਂਟਰ ਦੇ ਵਿੱਚ ਮੇਨ ਵਿਰੋਧੀ ਧਿਰ ਰਹੀ ਹੈ ਇੱਕ ਬਹੁਤ ਛੋਟੀ ਸੀਟਾਂ ਤੇ ਸਿਮਟ ਕੇ ਰਹੇਗੀ ਔਰ ਕਲੀਅਰ ਮੈਜੋਰਿਟੀ ਇਸ ਚੀਜ਼ ਦੋ ਚੀਜ਼ਾਂ ਨੂੰ ਡਿਫਾਈਨ ਕਰੂਗੀ ਜਿਹੜਾ ਅੱਜ ਦਾ ਸਿਚੁਏਸ਼ਨ ਹੈ ਪਹਿਲੀ ਮੈਂ ਇਹ ਗੱਲ ਕਹਿਣਾ ਕਿ ਫੈਡਰਲ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਅਗਰ ਇਹ ਦੇਸ਼ ਨੂੰ ਵਾਕਈ ਉਦਾਂ ਸੈਕੂਲਰ ਤੇ ਖੂਬਸੂਰਤ ਰੱਖਣਾ ਔਰ ਦੂਸਰੇ ਪਾਸੇ ਮੈਂ ਫਿਰ ਇਹ ਗੱਲ ਕਹਿਣਾ ਕਿ ਕੋਲੀਸ਼ਨ ਗਵਰਨਮੈਂਟ ਜ਼ਿਆਦਾ ਉਰੇ ਕਾਰਗਰ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਚੱਲਣ ਲਈ ਸੋ ਕੋਲੀਸ਼ਨ ਗਵਰਨਮੈਂਟ ਦੀ ਮੈਂ ਹਮੇਸ਼ਾ ਸਪੋਰਟ ਪਹਿਲਾਂ ਵੀ ਕਰਦਾ ਸੀ ਅੱਜ ਵੀ ਕਰੂੰਗਾ ਔਰ ਤੀਜੀ ਗੱਲ ਮੈਂ ਉਰੇ ਸਾਰੀਆਂ ਪਾਰਟੀਆਂ ਨੂੰ ਫਿਰ ਦੁਬਾਰਾ ਕਹਿਣਾ ਕਿ ਅੱਜ ਇੱਕ ਟੀਚਾ ਹੈ ਕਿ ਖੇਤੀ ਬਿੱਲ ਰੱਦ ਕਿੱਦਾਂ ਕਰਾਉਣੇ ਆ ਪੋਲੀਟੀਕਲ ਗੱਲਾਂ ਕਰਨ ਲਈ ਹਲੇ ਟਾਈਮ ਹੈਗਾ ਰੱਜ ਕੇ ਕਰਾਂਗੇ ਅਕਤੂਬਰ ਨਵੰਬਰ ਤੋਂ ਬਾਅਦ ਪੋਲੀਟੀਕਲ ਗੱਲਾਂ ਹੀ ਕਰਾਂਗੇ ਪਰ ਅੱਜ ਮੈਨੂੰ ਲੱਗਦਾ ਮੈਂ ਫਿਰ ਦੁਬਾਰਾ ਆਵਾਜ਼ ਦਿੰਦਾ ਪ੍ਰੋਫੈਸਰ ਮਨਜੀਤ ਸਿੰਘ ਜੀ ਇਹ ਚੀਜ਼ ਨੂੰ ਕੋਆਰਡੀਨੇਟ ਕਰ ਸਕਦੇ ਨੇ ਇਹ ਕੋਆਰਡੀਨੇਟ ਕਰਨ ਕਿਸਾਨ ਜਥੇਬੰਦੀਆਂ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਔਰ ਲੜਾਈ ਇਕੱਠੇ ਹੋ ਕੇ ਲੜਨ ਦੇ ਵਿੱਚ ਹੀ ਫਾਇਦਾ ਹੁਣ ਜਿਹੜਾ ਪਿਕ ਐਂਡ ਚੂਜ਼ ਦੀ ਪਾਲਿਸੀ ਹੈ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਉਹਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਹੁਣ ਕੰਬਾਈਂਡ ਲੜਾਈ ਲੜਨ ਦੀ ਲੋੜ ਹੈ ਔਰ ਪ੍ਰੋਫੈਸਰ ਮਨਜੀਤ ਸਿੰਘ ਇੱਕ ਬਹੁਤ ਚੰਗੇ ਤਰੀਕੇ ਕੋਆਰਡੀਨੇਟ ਕਰ ਸਕਦੇ ਆ ਸਾਰਿਆਂ ਦੇ ਵਿੱਚ ਅਰਸ਼ੀ ਸਿੰਘ ਕਲੀਅਰ ਵੈਸੇ ਤਾਂ ਕਾਂਗਰਸ ਕੌਮੀ ਪਾਰਟੀ ਹੈ ਪਰ ਕਾਂਗਰਸ ਅਕਾਲੀ ਦਲ ਨਾਲ ਤੁਰ ਸਕਦੀ ਹੈ ਅਕਾਲੀ ਦਲ ਕਾਂਗਰਸ ਨਾਲ ਤੁਰ ਸਕਦਾ ਕਾਂਗਰਸ ਤੇ ਅਕਾਲੀ ਦਲ ਕਦੇ ਵੀ ਪੋਲੀਟੀਕਲੀ ਇਕੱਠੇ ਨਹੀਂ ਤੁਰ ਸਕਦੇ ਪਰ ਜਿੱਥੇ ਮੁੱਦਾ ਕਿਸਾਨੀ ਬਿੱਲਾਂ ਦਾ ਹੈ ਇਹਨੂੰ ਰੱਦ ਕਰਾਉਣ ਤੇ ਪ੍ਰੈਸ਼ਰ ਬਣਾਉਣ ਦਾ ਹੈ ਉੱਥੇ ਭਾਈਚਾਰਕ ਤੌਰ ਤੇ ਕਿਉਂਕਿ ਸਾਡੇ ਸਟੇਟ ਦੇ ਨੁਮਾਇੰਦੇ ਨੇ ਐਮਪੀ ਨੇ ਉਸ ਚੀਜ਼ ਦਾ ਅੰਦੋਲਨ ਇਕੱਠੇ ਲੜਿਆ ਜਾ ਸਕਦਾ ਪੋਲੀਟੀਕਲ ਸਾਂਝ ਜਾਂ ਕੋਈ ਹੋਰ ਸਾਂਝ ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਨਹੀਂ ਹੋ ਸਕਦੀ ਠੀਕ ਹੈ ਹਾਂ ਹਰਦੀਪ ਸਿੰਘ ਕਿੰਗਰਾ ਲਾਸਟ ਕਮੈਂਟ ਤੁਹਾਡਾ ਮੈਂ ਤਾਂ ਕਲੇਰ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਸਰਦਾਰ ਪ੍ਰਕਾਸ਼ ਜੋੜੀ ਤੋਂ ਇਲੈਕਸ਼ਨ ਲੜੇ ਸੀ ਕਾਂਗਰਸ ਦੀ
ਸਿੰਬਲ ਤੋਂ ਇੱਕ ਪੁਰਾਣੀਆਂ ਗੱਲਾਂ ਨੇ ਉਸ ਤੋਂ ਬਾਅਦ ਬਹੁਤ ਕੁਝ ਹੋ ਗਿਆ ਸਰ ਐਮਰਜੈਂਸੀ ਹੋ ਗਈ ਉਸ ਤੋਂ ਬਾਅਦ 84 ਹੋ ਗਿਆ ਇਹ ਤਾਂ ਬਹੁਤ ਪੁਰਾਣੀਆਂ ਤੁਸੀਂ ਗੱਲਾਂ ਕਰਦੇ ਹੋ ਸਰ ਕਲੇਰ ਸਾਹਿਬ ਗੱਲ ਪੂਰੀ ਕਰਨ ਦਿਆ ਕਰੋ ਮੈਂ ਤੁਹਾਨੂੰ ਇੱਕ ਮਿੰਟ ਕਲੇਰ ਸਾਹਿਬ ਸੁਣ ਲਈਏ ਸੁਣ ਹਾਂ ਮੈਂ ਤੁਹਾਨੂੰ ਤੇਰੇ ਕਿਹਾ ਮੈਂ ਕੱਲ ਦੀ ਗੱਲ ਕਰਦਾ ਕਿੰਗਰ ਸਾਹਿਬ ਫਟਾਫਟ ਆਪਣਾ ਰਿਮਾਰਕਸ ਦਿਓ ਮੈਂ ਤੁਹਾਨੂੰ ਇਹ ਗੱਲ ਕਰਦਾ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਕੋਈ ਪੋਲਿਟਿਸਾਈਜ਼ੇਸ਼ਨ ਨਹੀਂ ਹੋਣੀ ਚਾਹੀਦੀ ਸੀ ਔਰ ਜਿੱਥੋਂ ਤੱਕ ਤੁਹਾਡਾ ਇਹ ਹੈ ਨਾ ਕਿ ਤੁਹਾਡਾ ਜਿਹੜਾ ਸੰਘੀ ਢਾਂਚੇ ਦੀ ਗੱਲ ਹੈ ਮੈਂ ਤੁਹਾਨੂੰ ਦੱਸਾਂ ਤੁਸੀਂ ਇਸ ਸਰਕਾਰ 'ਚ ਵੀ ਰਹੇ ਹੋ 6 ਸਾਲ ਤੇ ਪਹਿਲਾਂ ਵੀ 6 ਸਾਲ ਇਹ ਵਾਜਪਾਈ ਸਾਹਿਬ ਦੀ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਚਿੱਠੀ ਪੱਤਰ ਵਿਖਾ ਦਿਓ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਲਿਖਿਆ ਹੋਇਆ ਕਿ ਸੰਘੀ ਢਾਂਚੇ ਦਾ ਲੋੜ ਹੈ ਸਾਨੂੰ ਇੰਡੀਪੈਂਡੈਂਟ ਦੀ ਚੰਡੀਗੜ੍ਹ ਨਹੀਂ ਲਿਆ ਤੁਸੀਂ 13 ਸਾਲਾਂ 'ਚ ਕੀ ਗੱਲ ਬਈ ਤੁਸੀਂ ਆਈਡੀਆ ਐਜੀਟੇਸ਼ਨਾਂ ਹੋਈਆਂ ਚੰਡੀਗੜ੍ਹ ਲੈਣ ਵਾਸਤੇ ਭੁੱਲ ਗਏ ਤੁਸੀਂ ਤੁਹਾਨੂੰ ਰਾਜ ਭਾਗ ਚਾਹੀਦਾ ਸੀ ਤੁਹਾਨੂੰ ਚੰਡੀਗੜ੍ਹ ਨਹੀਂ ਚਾਹੀਦਾ ਸੀ ਠੀਕ ਠੀਕ ਹੈ ਹਰਦੀਪ ਸਿੰਘ ਜੀ ਨਹੀਂ ਚਾਹੀਦਾ ਸੀ ਤੁਹਾਨੂੰ ਰਾਜ ਭਾਗ ਚਾਹੀਦਾ ਸੀ ਠੀਕ ਹੈ ਹਰਦੀਪ ਸਿੰਘ ਜੀ ਇਸ ਚੀਜ਼ ਦਾ ਠੀਕ ਹੈ ਤੁਸੀਂ ਕਦੇ ਚਿੱਠੀ ਨਹੀਂ ਲਿਖੀ ਕਿ ਚੰਡੀਗੜ੍ਹ ਸਾਨੂੰ ਦੇ ਦਿਓ ਜਾਓ ਮੈਨੂੰ ਸਾ ਦਿਓ ਚਲੋ ਹਰਦੀਪ ਸਿੰਘ ਇੱਕ ਮਿੰਟ ਕਹਿਣ ਨਾਲ ਸੱਚਾਈਆਂ ਬਦਲ ਨਹੀਂ ਜਾਣਗੀਆਂ ਠੀਕ ਹੈ ਤੁਹਾਡਾ ਇੱਕ ਚੀਜ਼ ਹੋ ਸਕਦਾ ਇੱਕ ਮਿੰਟ ਪਲੀਜ਼ ਕਲੇਰ ਸਾਹਿਬ ਤੁਹਾਡਾ ਆਰਗੂਮੈਂਟ ਵੀ ਆ ਗਿਆ ਕਿੰਗਰਾ ਸਾਹਿਬ ਤੁਹਾਡਾ ਆਰਗੂਮੈਂਟ ਹੋ ਗਿਆ ਪਲੀਜ਼ ਆਪਾਂ ਲਾਸਟ ਕਮੈਂਟ ਲੈ ਲਈਏ ਪ੍ਰਸਮਜੀਤ ਸਿੰਘ ਦਾ ਪਲੀਜ਼ ਪ੍ਰਸਮਜੀਤ ਸਿੰਘ ਸਰ ਆਰਐਲਡੀ ਟੀਐਮਸੀ ਐਨਸੀਪੀ ਇਹ ਉਹ ਪਾਰਟੀਆਂ ਹੈਗੀਆਂ ਜਿਹੜੀਆਂ ਕਿਸਾਨ ਅੰਦੋਲਨ ਨਾਲ ਸਿੱਧੇ ਤੌਰ 'ਤੇ ਜੁੜ ਸਕਦੀਆਂ ਸੀ ਜਾਂ ਇਹਨਾਂ ਵਿੱਚ ਕਿਸਾਨ ਨੇਤਾ ਵੱਡੇ ਵੱਡੇ ਬੈਠੇ ਹੋਏ ਆ ਕਿਸਾਨ ਆਗੂ ਬੈਠੇ ਹੋਏ ਆ ਕੋਈ ਸਾਬਕਾ ਖੇਤੀਬਾੜੀ ਮੰਤਰੀ ਵੀ ਰਹਿ ਚੁੱਕਿਆ ਹੈਗਾ ਸ਼ਰਦ ਪਵਾਰ ਦਾ ਮੈਂ ਜ਼ਿਕਰ ਕਰ ਰਿਹਾ ਪ੍ਰਸਮਜੀਤ ਸਿੰਘ ਇਹਨਾਂ ਦੀ ਭੂਮਿਕਾ ਕੀ ਹੈ ਸਰ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਿਆਨ ਤੇ ਉਹਨਾਂ ਦੇ ਪਾਰਲੀਮੈਂਟ ਦੇ ਅੰਦਰ ਵੀ ਤੇ ਬਾਹਰ ਵੀ ਜਿਹੜੇ ਉਹ ਠੀਕ ਆ ਰਹੇ ਆ ਜਿੱਥੋਂ ਤੱਕ ਮੂਵਮੈਂਟ ਦੀ ਗੱਲ ਹੈ ਮੈਨੂੰ ਲੱਗਦਾ ਜਿੰਨਾ ਕੁ ਵੀ ਮਾੜਾ ਮੋਟਾ ਆਇਆ ਉਹ ਲੈਫਟ ਪਾਰਟੀਆਂ ਨੇ ਬਿਹਾਰ ਜਾਂ ਹੋਰ ਜਗ੍ਹਾ ਤੇ ਕੀਤਾ ਕੁਛ ਰੀਜਨਲ ਪਾਰਟੀਆਂ ਨੇ ਵੀ ਕੀਤਾ ਆਂਧਰਾ ਦੇ ਵਿੱਚ ਹੋਇਆ ਜਾਂ ਤਾਮਿਲਨਾਡੂ 'ਚ ਹੋਇਆ ਪਰ ਫਿਰ ਵੀ ਜੇ ਬਾਈ ਐਂਡ ਲਾਰਜ ਜੇ ਕੋਈ ਭੂਮਿਕਾ ਜਿਹੜੇ ਲੈਫਟ ਕਾਡਰ ਬੇਸਡ ਕਿਸਾਨ ਸਭਾਵਾਂ ਜਿਹੜੀਆਂ ਉਹਨਾਂ ਨੇ ਮਹਾਰਾਸ਼ਟਰ 'ਚ ਵੀ ਕੀਤਾ ਹੋਰ ਜਗ੍ਹਾ ਵੀ ਕੀਤਾ ਈਵਨ ਬਿਹਾਰ 'ਚ ਵੀ ਕੀਤਾ ਡਿਸਟ੍ਰਿਕਟ ਲੈਵਲ 'ਤੇ ਵੀ ਉੱਥੇ ਪ੍ਰੋਟੈਸਟ ਹੋਏ ਪਰ ਜਿਹੜੀ ਇਹ ਰੀਜਨਲ ਪਾਰਟੀਆਂ ਜਿਹੜੀਆਂ ਜਿਸ ਤਰ੍ਹਾਂ ਡੀਐਮਕੇ ਅੰਨਾ ਡੀਐਮਕੇ ਜਾਂ ਟੀਐਮਸੀ ਜਾਂ ਟੀਐਮਸੀ ਨੇ ਵੀ ਕਾਂਗਰਸ ਵਾਂਗੂ ਜਿਸ ਤਰ੍ਹਾਂ ਸਾਡੇ ਕੈਪਟਨ ਸਾਹਿਬ ਨੇ ਕਰਤਾ ਉਹਨਾਂ ਨੇ ਆਪਣਾ ਗੌਰਮੈਂਟ 'ਚ ਰੈਜੋਲਿਊਸ਼ਨ ਕਰਕੇ ਰਿਜੈਕਟ ਕਰਤੇ ਕੇਰਲਾ ਵਾਲੇ ਕਮਿਊਨਿਸਟ ਪਾਰਟੀ ਉਹਨਾਂ ਦੀ ਸੀਪੀਐਮ ਦੀ ਹੈਗੀ ਉਹਨਾਂ ਨੇ ਵੀ ਰਿਜੈਕਟ ਕਰਤੇ ਪਰ ਜਿਹੜੀ ਧਰਾਤਲ 'ਤੇ ਮੂਵਮੈਂਟ ਖੜੀ ਕਰਨੀ ਆ ਮੈਂ ਕਿਉਂ ਕਹਿੰਦਾ ਇਹ ਬਹੁਤ ਅਹਿਮ ਆ ਆਪਾਂ ਅਜੇ ਵੀ ਬਹੁਤੇ ਲੇਟ ਨਹੀਂ ਉਹਦਾ ਕਾਰਨ ਮੈਂ ਦੱਸਦਾ ਜਿੰਨੇ ਲੋਕ ਹੁਣ ਮੂਵਮੈਂਟਾਂ 'ਚ ਉੱਠ ਕੇ ਆ ਮੈਂ ਮੇਰੇ ਅੱਖਾਂ ਸਾਹਮਣੇ ਆ ਮਿਡਲ ਕਲਾਸ 'ਚੋਂ ਕਿੰਨੇ ਨਵੇਂ ਲੀਡਰ ਪੈਦਾ ਹੋ ਗਏ ਇੱਕ ਨਵੀਂ ਰਾਜਨੀਤਿਕ ਚੇਤਨਾ ਬਹੁਤ ਵੱਡੇ ਪੱਧਰ 'ਤੇ ਫੈਲ ਰਹੀ ਹੈ ਜਿਹੜੇ ਟ੍ਰੇਡ ਯੂਨੀਅਨ ਵਾਲੇ ਅਜੇ ਦੇਖੋ ਜਦੋਂ ਭੁੱਖਮਰੀ ਵਧੀ ਜਿਹੜੇ ਕਾਨੂੰਨ ਟ੍ਰੇਡ ਯੂਨੀਅਨ ਵਾਲੇ ਉਹਨਾਂ ਨੇ 44 ਦੇ 44 ਕਾਨੂੰਨ ਕਰਕੇ ਖਤਮ ਕਰਕੇ 4 ਲੇਬਰ ਕੋਡ ਉਹ ਤਾਂ ਅਜੇ ਉੱਠੇ ਨਹੀਂ ਲੇਬਰ ਕੀ ਲੇਬਰ ਦੇ ਜਿਹੜੇ ਪਾਰਟੀਆਂ ਨੂੰ ਨਹੀਂ ਲੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਉਹ ਵੀ ਇਸੇ ਤਰੀਕੇ ਨਾਲ ਢਾਂਚਿਆਂ ਦੇ ਉੱਤੇ ਹੀ ਹਮਲੇ ਵਾਲੀ ਗੱਲ ਆ ਮੈਂ ਓਵਰਆਲ ਇਹ ਸਮਝਦਾ ਕਿ ਜਿਹੜੀਆਂ ਰੀਜਨਲ ਪਾਰਟੀਆਂ ਦੀ ਖਾਸ ਕਰਕੇ ਜਿਹੜੀ ਭੂਮਿਕਾ ਹੋਣੀ ਚਾਹੀਦੀ ਸੀ ਉਹ ਨਹੀਂ ਓਡੇ ਵੱਡੇ ਪੱਧਰ ਤੇ ਨਜ਼ਰ ਆਈ ਪਰ ਸਲੋਲੀ ਮੇਰਾ ਖਿਆਲ ਹੋ ਸਕਦਾ ਪਿਕਅਪ ਕਰੇ ਪਰ ਜੇ ਅਕਾਲੀ ਦਲ ਕਿਉਂਕਿ ਇਹ ਮੂਵਮੈਂਟ ਦਾ ਧੁਰਾ ਕਿਸਾਨ ਮੂਵਮੈਂਟ ਦਾ ਪੰਜਾਬ ਤੋਂ ਸ਼ੁਰੂ ਹੋਈ ਹੈ ਅਕਾਲੀ ਦਲ ਨੂੰ ਅਜੇ ਵੀ ਬਹੁਤ ਵੱਡਾ ਇਨੀਸ਼ੀਏਟਿਵ ਲੈਣਾ ਚਾਹੀਦਾ ਮੈਂ ਨਿਗੇਟ ਨਹੀਂ ਕਰ ਰਿਹਾ ਦੇਖੋ ਸਰਥਾ ਸਾਹਿਬ ਉੱਥੇ ਵੀ ਯੂਪੀ ਦੇ ਵਿੱਚ ਵੀ ਨਵਰੀਤ ਦੇ ਭੋਗ ਦੇ ਉੱਤੇ ਗਏ ਹੋਏ ਸੀ ਉਹ ਆਪਣੀ ਪਾਰਟੀ ਨੂੰ ਰਿਪ੍ਰੈਜੈਂਟ ਕਰਨ ਗਏ ਸੀ ਇਹਨਾਂ ਮੋਰਚਿਆਂ ਦੇ ਵਿੱਚ ਵੀ ਉਹਨਾਂ ਦੀ ਬਹੁਤ ਅਹਿਮ ਭੂਮਿਕਾ ਦਿੱਲੀ ਦੇ ਵਿੱਚ ਬਹੁਤ ਅਹਿਮ ਭੂਮਿਕਾ SGPC ਨੇ ਜਾਂ ਅਕਾਲੀ ਦਲ ਨੇ ਨਿਭਾਈ ਮੈਂ ਕੋਈ ਨਿਗੇਟ ਨਹੀਂ ਕਰ ਰਿਹਾ ਪਰ ਜਿਸ ਤਰ੍ਹਾਂ ਤੁਸੀਂ ਕਲੀਅਰ ਸਾਹਿਬ ਖੁਦ ਹੀ ਕਹਿੰਦੇ ਆ ਲੋਕਾਂ ਦੀਆਂ ਅਕਾਲੀ ਦਲ ਤੋਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੰਬੇ ਲੰਬੀ ਦੇਰ ਤੁਸੀਂ ਸੱਤਾ ਦੇ ਵਿੱਚ ਰਹਿ ਕੇ ਉਹ ਬੀਜੇਪੀ ਦੇ ਨਾਲ ਉਹ ਕੰਮ ਜਿਹੜਾ ਗੜਬੜ ਹੋ ਗਿਆ ਜੋ ਹੋ ਗਿਆ ਉਹਨੂੰ ਛੱਡ ਦਿਓ ਹੁਣ ਮੇਰਾ ਖਿਆਲ ਮੈਦਾਨ 'ਚ ਉਤਰਨ ਦਾ ਵੇਲਾ ਆ ਉਹ ਆਮ ਆਦਮੀ ਪਾਰਟੀ ਵੀ ਸੋਚ ਲਏ ਹੋਰ ਰੀਜਨਲ ਪਾਰਟੀਆਂ ਵੀ ਸੋਚ ਲਏ ਇੱਕ ਵੱਡਾ ਕਨਫੈਡਰੇਸ਼ਨ ਟਾਈਪ ਇੱਥੇ ਬਣਨਾ ਚਾਹੀਦਾ ਨਹੀਂ ਤੇ ਜੋ ਕੱਲ੍ਹ ਪ੍ਰਧਾਨ ਮੰਤਰੀ ਦਾ ਭਾਸ਼ਣ ਸੀਗਾ ਸਮਝ ਲਓ ਉਹਨੇ ਸਾਰੀ ਅਪੋਜੀਸ਼ਨ ਦਾ ਮਜ਼ਾਕ ਉਡਾਇਆ ਹੈ ਪਾਰਲੀਮੈਂਟ ਦੇ ਅੰਦਰ ਤੁਹਾਡੇ ਸਾਹਮਣੇ ਸੀਗਾ ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਧੰਨਵਾਦ ਅਰਸ਼ਦੀਪ ਕਲੇਰ ਤੁਹਾਡਾ ਬਹੁਤ ਧੰਨਵਾਦ ਮਨਜਿੰਦਰ ਸਿੰਘ ਪੱਲੋ ਤੁਹਾਡਾ ਬਹੁਤ ਧੰਨਵਾਦ ਕਿਸਾਨ ਅੰਦੋਲਨ ਸਿਆਸਤ ਦਾ ਕੀ ਰੋਲ ਅਸੀਂ ਸਾਰੇ ਸਵਾਲ ਕੀਤੇ ਇਹਨਾਂ ਸਵਾਲਾਂ ਦੇ ਵਿਚਾਲੇ ਸਾਡੇ ਕੋਲ ਜਵਾਬ ਜਿਹੜੇ ਆ ਗਏ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਿਹੜੀ ਧਿਰ ਦਾ ਕਿਹੜਾ ਸਟੈਂਡ ਸੰਘੀ ਢਾਂਚੇ 'ਤੇ ਕੌਣ ਕੀ ਸੋਚਦਾ ਸਭ ਕੁਝ ਡਿਬੇਟ ਦੇ ਵਿੱਚ ਤੁਹਾਡੇ ਸਾਹਮਣੇ ਆ ਅਤੇ ਪ੍ਰਸਮਜੀਤ ਸਿੰਘ ਕਹਿੰਦੇ ਅਜੇ ਦੇਰ ਨਹੀਂ ਹੋਈ ਅਤੇ ਇਸ ਦੇਰ ਤੋਂ ਬਾਅਦ ਕਹਿੰਦੇ ਸਵੇਰ ਬਾਕੀ ਹੈ ਸਵੇਰ ਲਿਆਉਣ ਦੇ ਲਈ ਇਹ ਸਿਆਸੀ ਧਿਰਾਂ ਕੀ ਕਰਨਗੀਆਂ ਕਿਸਾਨਾਂ ਨੂੰ ਇਹਨਾਂ ਦਾ ਸਾਥ ਕਿੰਨਾ ਮਿਲੇਗਾ ਜਾਂ ਕਿਸਾਨਾਂ ਦੇ ਮੋਢੇ ਰੱਖ ਕੇ ਇਹ ਆਪਦੇ ਹਥਿਆਰ ਚਲਾਉਣਗੇ ਚਰਚਾ ਤੁਹਾਡੇ ਸਾਹਮਣੇ ਆ ਬਹੁਤ ਧੰਨਵਾਦ